ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹੇ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰਸਾਨੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 18 ਸਤੰਬਰ 2019 4800 ਨਾਨਕਸ਼ਾਹੀ ਸਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਅਲਫਾ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ 5 ਅਗਸਤ ਤੋਂ ਜੋ ਕਸ਼ਮੀਰ ਨੂੰ, ਜੋ ਕਸ਼ਮੀਰ ਵਿੱਚ ਜੋ ਧਾਰਾ 370 ਨੂੰ ਖਤਮ ਕੀਤਾ ਗਿਆ ਸੀ ਮੋਦੀ ਸਰਕਾਰ ਵੱਲੋਂ, ਉਸ ਉੱਪਰ ਆਪਾਂ ਲਗਾਤਾਰਤਾ ਨਾਲ ਇਸੇ ਇਸ਼ੂ 'ਤੇ, ਕਸ਼ਮੀਰ ਮੁੱਦੇ 'ਤੇ ਆਪਾਂ ਡਿਸਕਸ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਅੱਜ 45ਵਾਂ ਦਿਨ ਹੈ ਕਸ਼ਮੀਰ ਨੂੰ ਬੰਦ ਕੀਤਿਆਂ ਹੋਇਆਂ, ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣ। ਥੈਂਕ ਯੂ ਸੋ ਮੱਚ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ। ਕਸ਼ਮੀਰ ਜਿਹੜਾ ਕਿ ਇੱਕ ਓਪਨ ਜੇਲ੍ਹ ਹੈ, ਅੱਜ 45ਵਾਂ ਦਿਨ ਹੈ, 45th ਡੇ, ਜਦੋਂ ਕਿ 80 ਲੱਖ ਲੋਕਾਂ ਨੂੰ ਮੁੱਢਲੀਆਂ ਜ਼ਿੰਦਗੀ ਦੀਆਂ ਸਹੂਲਤਾਂ ਵੀ ਮੁਹੱਈਆ ਨਹੀਂ ਕੀਤੀਆਂ ਗਈਆਂ, ਨਹੀਂ ਕਰਵਾਈਆਂ ਗਈਆਂ। ਉਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਸਰਕਾਰੀ ਤੰਤਰ ਵੱਲੋਂ ਔਰ ਉਹਨਾਂ ਦੇ ਗੋਦੀ ਮੀਡੀਆ ਵੱਲੋਂ ਔਰ ਬਾਹਰ ਬੈਠੇ ਉਹਨਾਂ ਦੇ ਜਿੰਨੇ ਐਂਬੈਸਡਰ, ਕੌਂਸਲੇਟ ਜਾਂ ਉਹਨਾਂ ਦੇ ਪ੍ਰੈਸ ਅਟੈਸ਼ੀ ਨੇ, ਉਹਨਾਂ ਵੱਲੋਂ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਜੀ ਅਸੀਂ ਉੱਥੇ ਲੈਂਡਲਾਈਨ ਰੀਸਟੋਰ ਕਰ ਦਿੱਤੀ ਹੈ, ਕਮਿਊਨੀਕੇਸ਼ਨ ਓਪਨ ਹੈ। ਕੱਲ੍ਹ ਹੀ ਇੱਕ ਜਰਨਲਿਸਟ ਜਿਹੜੀ ਕਿ ਕਸ਼ਮੀਰ 'ਚੋਂ ਵਾਪਸ ਆਈ, ਉਹਨੇ ਕਿਹਾ ਜੀ ਜਿਹੜੀਆਂ ਪਹਿਲਾਂ ਤਾਂ ਲੋਕਾਂ ਦੇ ਘਰ ਲੈਂਡਲਾਈਨਸ ਹੈ ਹੀ ਨਹੀਂ, ਉਹ ਕਹਿੰਦੇ ਵੀ ਅਸੀਂ ਕਿੰਨੇ ਕਿੰਨੇ ਘਰਾਂ 'ਚ ਰੱਖੀਆਂ, ਕਿਉਂਕਿ ਜਦੋਂ ਮੋਬਾਈਲ ਸਿਸਟਮ ਆਇਆ ਲੈਂਡਲਾਈਨਸ ਵੈਸੇ ਹੀ ਜਿਹੜੀਆਂ ਉਹ ਬਿੱਲ ਵਧਣ ਕਰਕੇ ਘਟਾ ਦਿੱਤੀਆਂ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਡਿਊਰੇਸ਼ਨ ਹੈ ਲੈਂਡਲਾਈਨ ਦੇ ਉੱਤੇ ਗੱਲ ਕਰਨ ਦੀ, ਉਹ 15 ਤੋਂ 20 ਸੈਕਿੰਡ ਹੈ। ਕਿ ਵੀ ਤੁਸੀਂ ਹੁਣ 15 ਤੋਂ 20 ਸੈਕਿੰਡ 'ਚ ਜਿਹੜਾ ਬੱਚਾ ਜਾਂ ਜਿਹੜੇ ਮਾਪਿਓ 45 ਦਿਨ ਤੋਂ ਇੱਕ ਦੂਜੇ ਦੇ ਨਾਲ ਸੰਪਰਕ 'ਚ ਨਹੀਂ ਨੇ, ਕਿਤੇ ਬੈਠੇ ਨੇ, ਉਹ 15 ਤੋਂ 20 ਸੈਕਿੰਡ ਦੇ ਵਿੱਚ ਕਿਹੜੀ ਗੱਲਬਾਤ ਕਰ ਸਕਦੇ ਨੇ ਜਾਂ ਕੀ ਮੈਸੇਜ ਦੇ ਸਕਦੇ ਨੇ? ਤਾਂ ਉਹਨੇ ਕਿਹਾ ਵੀ ਬਿਲਕੁਲ ਫਰੋਡ। ਫਿਰ ਜਿਹੜਾ ਦੂਸਰਾ ਝੂਠਾ ਪ੍ਰੋਪੇਗੰਡਾ ਕੀਤਾ ਜਾ ਰਿਹਾ ਉਹ ਇਹ ਹੈ ਕਿ ਜੀ ਉੱਥੇ ਦੇਖੋ ਨਿਊਜ਼ ਪੇਪਰਸ ਲਗਾਤਾਰ ਛਾਪ ਰਹੇ ਨੇ, ਔਰ ਇਹ ਹਕੀਕਤ ਸਾਹਮਣੇ ਆਈ ਕਿ ਉਹਨਾਂ ਦਾ ਜਿਹੜਾ ਜਿਹਨੂੰ ਇਹ ਰਜਿਸਟ੍ਰੇਸ਼ਨ ਲਾਅ ਕਹਿੰਦੇ ਨੇ, ਜਿਹਦੇ ਥੱਲੇ ਨਿਊਜ਼ ਪੇਪਰ ਰਜਿਸਟਰ ਹੁੰਦੇ ਨੇ, ਉਹਨਾਂ ਨੂੰ ਸੈੱਟ ਕਾਗਜ਼ ਦਾ ਕੋਟਾ ਦਿੱਤਾ ਜਾਂਦਾ, ਉਸ ਰਜਿਸਟ੍ਰੇਸ਼ਨ ਦੀ ਇਹ ਕੰਡੀਸ਼ਨ ਹੈ ਕਿ ਜੇ 5 ਦਿਨ ਤੋਂ ਬਾਅਦ ਜੇ 5 ਦਿਨ ਉਹ ਨਿਊਜ਼ ਪੇਪਰ ਨਾ ਛਪੇ ਜਾਂ ਨਾ ਛਾਪਿਆ ਜਾਏ, ਨਾ ਛਪ ਸਕੇ, ਤੇ ਫਿਰ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਜੀ ਕਿ ਉਹਨਾਂ ਦੀ ਮਜਬੂਰੀ ਹੈ ਕਿ ਉਹ ਛਾਪਣ,
ਪਰ ਉਸ ਦੇ ਵਿੱਚ ਨਾ ਐਡੀਟੋਰੀਅਲ ਹੁੰਦਾ ਨਾ ਕਸ਼ਮੀਰ ਦੀਆਂ ਖਬਰਾਂ ਹੁੰਦੀਆਂ ਨੇ, ਜਿਹੜੇ ਨਿਊਜ਼ ਪੇਪਰ ਛਪਦੇ ਵੀ ਨੇ ਉਹ ਬਿਲਕੁਲ ਜਿਹੜੀ ਹਕੂਮਤ ਦੀ ਵਰਸ਼ਨ ਹੈ ਔਰ ਹਕੂਮਤ ਦੀਆਂ ਜਿਹੜੀਆਂ ਉਹਦੇ 'ਚ ਐਡਾਂ ਜਾਂ ਉਹਨਾਂ ਦਾ ਪ੍ਰੋਪੇਗੈਂਡਾ ਉਹੀ ਕੈਰੀ ਹੁੰਦਾ, ਕੋਈ ਐਡੀਟੋਰੀਅਲ ਨਹੀਂ ਹੁੰਦਾ, ਕੋਈ ਕਸ਼ਮੀਰ ਰਿਲੇਟਡ ਖਬਰ ਨਹੀਂ ਹੁੰਦੀ। ਔਰ ਇਹ ਵੀ ਉਹਨਾਂ ਦੀ ਮਜਬੂਰੀ ਹੈ ਛਾਪਣਾ, ਕਿਉਂਕਿ ਜੇ ਉਹ 5 ਦਿਨ ਤੋਂ ਜ਼ਿਆਦਾ ਉਸ ਨੂੰ ਮਿਸ ਰੱਖਦੇ ਤਾਂ ਫਿਰ ਜਿਹੜਾ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਹੋ ਜਾਂਦੀ। ਹੁਣ ਰਿਪੀਟਡਲੀ ਇਹਨਾਂ ਦਾ ਜਿਹੜੇ ਸਪੋਕਸਪਰਸਨ ਨੇ, ਜਿਵੇਂ ਦਿੱਲੀ 'ਚ ਫੋਰਨ ਮਿਨਿਸਟਰ ਦੀ ਪ੍ਰੈਸ ਕਾਨਫਰੰਸ, ਉਹਨਾਂ ਨੇ ਕਿਹਾ ਜੀ ਨੋਟ ਏ ਸਿੰਗਲ ਬੁਲੇਟ ਫਾਇਰਡ ਇਨ ਦੀਜ਼ ਡੇਜ਼, ਜਿਹੜੀ ਕਿ ਬਿਲਕੁਲ ਹਕੀਕਤਨ ਗਲਤ ਹੈ। ਜਿਹੜੀਆਂ ਡੈਥਸ ਦਾ ਵੀ ਨੰਬਰ ਹੈ ਉਹ ਕਾਫੀ ਜ਼ਿਆਦਾ ਆ ਰਿਹਾ, ਪਰ ਕਿਉਂਕਿ ਕੋਈ ਉਹਨੂੰ ਜਿਹੜਾ ਉਹ ਕਨਫਰਮ ਕਰਨ ਵਾਲਾ ਮੈਕੇਨਿਜ਼ਮ ਨਹੀਂ ਹੈ, ਇਸ ਲਈ ਉਹ ਕੋਰਟ ਨਹੀਂ ਕੀਤਾ ਜਾ ਰਿਹਾ। ਲੇਕਿਨ ਬਹੁਤ ਜ਼ਿਆਦਾ ਜਿਹੜਾ ਪੁਲਿਸ ਰਿਪਰੈਸ਼ਨ ਔਰ ਇਹ ਖਬਰਾਂ ਜਿਹਨਾਂ ਨੂੰ ਈਵਨ ਟੈਸਟੀਫਾਈ ਕੀਤਾ ਉਹਨਾਂ ਦੇ ਕਲੋਜ਼ ਸਰਕਲਸ ਨੇ ਵੀ, ਕਿ ਕਿਵੇਂ ਔਰਤਾਂ ਦੇ ਨਾਲ ਜਿਹੜੀ ਉਹਨਾਂ ਦੀ ਬੇਹਰਮਤੀ ਹੈ, ਮਿਡ ਨਾਈਟ ਰੇਡਸ ਨੇ ਘਰਾਂ ਦੇ ਉੱਤੇ, ਬੱਚਿਆਂ ਦਾ ਚੁੱਕਿਆ ਜਾਣਾ ਹੈ, ਔਰ ਉਹਨਾਂ ਦੀ ਬੇਤਹਾਸ਼ਾ ਮਾਰ ਕੁਟਾਈ ਹੈ, ਔਰ ਉਹਨਾਂ ਦੇ ਜਿਹੜੇ ਐਪਲ ਦੇ ਬਾਗ ਉਹਨਾਂ ਨੂੰ ਸਾੜਨਾ, ਜਾਂ ਈਵਨ ਉਹਨਾਂ ਦੇ ਘਰਾਂ ਦੇ ਬਾਹਰ ਖੜੀਆਂ ਜਿਹੜੀਆਂ ਉਹਨਾਂ ਦੀਆਂ ਵਹੀਕਲਸ ਨੇ ਉਹਨਾਂ ਨੂੰ ਵੀ ਅੱਗ ਲਾਈ ਜਾ ਰਹੀ ਹੈ। ਔਰ ਉਹ ਉਵੇਂ ਹੀ ਜਿਵੇਂ ਕਿ ਪੰਜਾਬ 'ਚ 80ਵੇਂ ਦੇ ਦੌਰ 'ਚ ਜਿਹੜੇ ਇਹਨਾਂ ਦਾ ਆਪਣਾ ਕ੍ਰੀਏਟ ਕੀਤਾ ਹੋਇਆ ਜਿਹੜਾ ਮਾਫੀਆ ਸੀ, ਜਿਹਨਾਂ ਦੇ ਲਈ ਬਲੈਕ ਕੈਟਸ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਸੀ, ਉਹਨਾਂ ਦੇ ਕ੍ਰਿਮੀਨਲਸ ਜਿਹੜੇ ਕਿ ਉਹਨਾਂ ਦੇ ਰੈਨੀਗੇਟਸ ਔਰ ਉਹਨਾਂ ਦੇ ਕਿਲਰ ਸਕੁਆਡ ਸੀ, ਉਹ ਜੋ ਵੀ ਕਰਦੇ ਸੀ ਉਹ ਮਿਲੀਟੈਂਸੀ ਦੇ ਖਾਤੇ 'ਚ ਪਾਇਆ ਜਾਂਦਾ ਸੀ, ਸਿੰਘਾਂ ਦੇ ਖਾਤੇ 'ਚ ਪਾਇਆ ਜਾਂਦਾ ਸੀ। ਇਹੀ ਰਿਪੀਟ ਕਸ਼ਮੀਰ ਦੇ ਵਿੱਚ ਹੋ ਰਿਹਾ। ਹਾਲਾਂ ਇੱਕ ਪਾਰਟ ਜਿਹੜਾ ਜਦੋਂ ਕਸ਼ਮੀਰ ਦੇ ਹਵਾਲੇ ਨਾਲ ਉੱਥੇ ਕੀ ਚੱਲ ਰਿਹਾ ਹੈ ਔਰ ਕਿਵੇਂ ਉਸ ਸਾਰੇ 'ਚੋਂ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਈਵਨ ਫਾਰੂਕ ਅਬਦੁੱਲਾ ਵਰਗਾ ਲੀਡਰ ਜਿਹਦੀ ਤੀਸਰੀ ਜਨਰੇਸ਼ਨ ਸ਼ੇਖ ਅਬਦੁੱਲੇ ਤੋਂ ਬਾਅਦ ਸ਼ੇਖ ਅਬਦੁੱਲਾ ਸੀ, ਜਿਹਨੇ ਨਹਿਰੂ ਦੇ ਨਾਲ ਯਾਰੀ ਪੁਗਾਈ, ਆਪਣੀ ਕਿਸਮਤ ਇਸ ਪਾਸੇ ਜੋੜਨ ਦੀ ਲਾਈਨ ਉਹਨੇ ਲਈ, ਔਰ ਜਦੋਂ ਉਹਨੇ ਥੋੜ੍ਹਾ ਜਿਹਾ ਆਪਣਾ ਰਿਜ਼ਿਸਟ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਹੀ ਮੈਂ ਆਪਣੇ ਇੱਕ ਮਿੱਤਰ ਨਾਲ ਗੱਲ ਕਰ ਰਿਹਾ ਸੀ ਕੈਲੀਫੋਰਨੀਆ, ਮੈਂ ਉਹਨਾਂ ਨੂੰ ਕਿਹਾ ਜੀ ਇਹ ਕਹਿਣਾ ਠੀਕ ਨਹੀਂ ਹੈ ਕਿ ਜੀ ਹੁਣ RSS ਇਹ ਕਰ ਰਿਹਾ। ਮੈਂ ਕਿਹਾ ਤੁਸੀਂ ਈਵਨ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਵੀ ਜੇ ਤੁਸੀਂ ਟਾਈਮ ਲਾਈਨ ਦੇਖੋ ਕਿ RSS ਦਾ ਪਹਿਲੇ ਦਿਨ ਤੋਂ ਹੀ, ਬੇਸ਼ੱਕ ਗਾਂਧੀ ਨੂੰ ਉਹਨਾਂ ਨੇ 30 ਜਨਵਰੀ 1948 ਨੂੰ ਮਾਰਿਆ, ਲੇਕਿਨ ਉਸ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਜਿਹੜਾ ਈਵਨ ਨਹਿਰੂ ਬ੍ਰਾਂਡ ਪੋਲੀਟਿਕਸ ਵੀ ਸੀ, ਜਿਹਦੇ ਥੱਲੇ ਉਹ ਆਪਣਾ ਇੱਕ ਸੈਕੂਲਰ ਜਾਂ ਇੱਕ ਦੂਸਰਾ ਇਮੇਜ ਕਾਇਮ ਰੱਖਣਾ ਚਾਹੁੰਦਾ ਸੀ, ਉਹ ਮਾਈਨੋਰਿਟੀ ਦੇ ਵਿੱਚ ਹੀ ਸੀ। ਉੱਥੇ ਵੀ ਆਲਰੇਡੀ ਕਾਂਗਰਸ ਦੇ ਵਿੱਚ ਐਕਸਟ੍ਰੀਮ ਹਿੰਦੂਤਵਾ ਲਾਈਨ ਜਿਹਨੂੰ ਪਟੇਲ ਲੀਡ ਕਰਦਾ ਸੀ ਔਰ ਜਿਹਦੇ ਨਾਲ ਦੂਸਰੇ ਵੀ ਸਾਰੇ ਰਲੇ ਹੋਏ ਸੀ, ਆਚਾਰਿਆ ਕਿਰਪਲਾਨੀ ਔਰ ਦੂਸਰੇ ਲੋਕ, ਔਰ ਉਹਦਾ ਸਬੂਤ ਇਸ ਗੱਲ ਤੋਂ ਹੀ ਹੈ ਕਿ ਵੀ ਜੇ 46 ਦੇ ਵਿੱਚ ਜਦੋਂ ਇਹ ਫੈਸਲਾ ਹੋਣਾ ਸੀ ਕਿ ਕਾਂਗਰਸ ਨੂੰ ਕੌਣ ਲੀਡ ਕਰੇ, ਜਿਹਨੇ ਲੀਡ ਕਰਨਾ ਸੀ ਉਹਨੇ ਹੀ ਪ੍ਰਾਈਮ ਮਿਨਿਸਟਰ ਬਣਨਾ ਸੀ, ਅਤੇ ਜਿੰਨੀਆਂ ਕਾਂਗਰਸ ਕਮੇਟੀਆਂ ਸੀ ਔਰ ਉਹਨਾਂ ਦੀਆਂ ਕਾਂਗਰਸ ਦੀਆਂ ਸਟੇਟਸ ਦੇ ਵਿੱਚ ਆਰਗਨਾਈਜੇਸ਼ਨ ਸੀ, ਸਾਰਿਆਂ ਨੇ ਪਟੇਲ ਦਾ ਨਾਮ ਪ੍ਰਪੋਜ਼ ਕੀਤਾ ਸੀ, ਬਸ ਨਹਿਰੂ ਦੇ ਨਾਲ ਕੋਈ ਨਹੀਂ ਸੀ। ਔਰ ਜਦੋਂ ਉਹ ਆਇਆ ਤਾਂ ਨਹਿਰੂ ਉੱਠ ਕੇ ਆਪਣੇ ਕਮਰੇ 'ਚੋਂ ਚਲਾ ਗਿਆ ਸੀ, ਗਾਂਧੀ ਦੇ ਨਾਲ ਬੈਠਾ ਸੀ, ਅਤੇ ਗਾਂਧੀ ਨੇ ਦੇਖਿਆ ਕਿ ਵੀ ਜੇ ਇਹਨੂੰ ਨਾ ਕੀਤਾ ਜਾਂ ਗਾਂਧੀ ਦੀ ਇੱਕ ਆਪਣੀ ਪੋਲੀਟਿਕਸ ਸੀ ਅਤੇ ਫਿਰ ਜਿਹੜਾ ਵਿਦ ਇਨ ਵੀ ਬ੍ਰੇਕ ਹੋ ਸਕਦਾ। ਸੋ ਉਹਨੇ ਫਿਰ ਪਟੇਲ ਨੂੰ ਇਹ ਗੱਲ ਲਈ ਕਿਹਾ ਕਿ ਵੀ ਨਹੀਂ ਤੂੰ ਉਹਦੇ ਨੰਬਰ 2 'ਤੇ ਆ ਜਾ, ਭਾਵੇਂ ਤੇਰਾ ਹੀ ਫੈਸਲੇ ਦੇ ਉੱਤੇ ਮੋਹਰ ਹੋਏਗੀ ਹਰ ਇੱਕ ਦੇ ਉੱਤੇ, ਪਰ ਤੂੰ ਐਕਸੈਪਟ ਕਰ ਲੈ ਨਹਿਰੂ ਨੂੰ ਲੀਡਰ।
ਸੋ ਜ਼ਾਹਰ ਹੈ ਕਿ ਇਹ ਜਿਹੜੀ ਹਿੰਦੂ ਬ੍ਰਾਂਡ ਪੋਲੀਟਿਕਸ ਸੀ ਔਰ ਉਹਦੇ 'ਚੋਂ ਹੀ ਅਸੀਂ ਦੇਖਦੇ ਹਾਂ ਕਿ ਇਕੱਲਾ ਪਟੇਲ ਹੀ ਨਹੀਂ ਜਿਹਨੇ ਕਿਸ ਅੰਦਾਜ਼ ਦੇ ਵਿੱਚ ਹੈਦਰਾਬਾਦ ਦੇ ਉੱਤੇ ਅਟੈਕ ਕਰਕੇ ਉਹਨੂੰ ਅਨੈਕਸ ਕੀਤਾ, 30,000 ਤੋਂ ਜ਼ਿਆਦਾ ਮੁਸਲਮਾਨ ਮਾਰੇ, ਈਵਨ ਡਾਕਟਰ ਰਜਿੰਦਰ ਪ੍ਰਸ਼ਾਦ ਜਿਹੜਾ ਪਹਿਲਾ ਪ੍ਰੈਜੀਡੈਂਟ ਬਣਿਆ, ਔਰ ਬਹੁਤ ਘੱਟ ਲੋਕ ਯਾਦ ਰੱਖਦੇ ਨੇ ਕਿ ਸੋਮਨਾਥ ਦਾ ਮੰਦਰ ਰਜਿੰਦਰ ਪ੍ਰਸ਼ਾਦ ਨੇ ਫੋਰਸ ਕਰਕੇ ਜਿਹੜਾ ਉਹ ਸਰਕਾਰੀ ਖਰਚ 'ਤੇ ਬਣਵਾਇਆ ਸੀ। ਇਕੱਲਾ ਸਰਕਾਰੀ ਖਰਚ ਨਹੀਂ, ਫੌਜ ਐਜ਼ ਏ ਲੇਬਰ ਔਰ ਫੌਜ ਦਾ ਜਿਹੜਾ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਉਹਨਾਂ ਨੇ ਇਹਦੇ 'ਚ ਰੋਲ ਪਲੇਅ ਕੀਤਾ ਸੀ। ਹੁਣ ਅੱਜ ਇਹ ਕਹਿਣਾ ਕਿ ਜੀ ਰਿਲੀਜਨ ਔਰ ਪੋਲੀਟਿਕਸ ਰਲਗੜ ਕਿਉਂ ਹੋ ਗਈ ਜਾਂ ਦੂਜਾ, ਇਹ ਤਾਂ ਗਾਂਧੀ ਦੀ ਪੋਲੀਟਿਕਸ ਹੀ ਇਹ ਸੀ। ਗਾਂਧੀ ਹੀ ਇਸੇ ਤਰ੍ਹਾਂ ਹੁਣ ਜਦੋਂ ਹਿੰਦੀ ਜ਼ਬਾਨ ਦੇ ਹਵਾਲੇ ਨਾਲ ਡਿਬੇਟ ਚੱਲ ਰਹੀ ਹੈ, ਔਰ ਅੱਜ ਹੀ ਮੈਂ ਅੱਜ ਦੀ ਆਵਾਜ਼ ਪੰਜਾਬੀ ਪ੍ਰੋਗਰਾਮ 'ਤੇ ਰੇਡੀਓ ਟਾਕ 'ਚ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਇਹ ਗੱਲ ਜੇ ਤੁਸੀਂ ਈਵਨ ਕੰਸਟੀਚੂਐਂਟ ਅਸੈਂਬਲੀ ਦੇ ਵਿੱਚ ਵੀ ਦੇਖੋ, ਸਭ ਉਸ ਤੋਂ ਪਹਿਲਾਂ ਵੀ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਬਣਾਉਣ ਦੀ ਕੈਂਪੇਨ ਹੀ ਗਾਂਧੀ ਦੀ ਸੀ, ਔਰ ਗਾਂਧੀ ਦਾ ਇਹ ਕਹਿਣਾ ਸੀ ਕਿ ਈਵਨ ਜਿਹੜੀਆਂ ਰੀਜਨਲ ਲੈਂਗੁਏਜਿਸ ਨੇ ਉਹ ਵੀ ਦੇਵਨਾਗਰੀ 'ਚ ਰੱਖੀਆਂ ਜਾਣੀਆਂ ਚਾਹੀਦੀਆਂ ਔਰ ਸਿਰਫ ਇੱਕ ਜ਼ਬਾਨ ਹੋਣੀ ਚਾਹੀਦੀ। ਔਰ ਉਹਨੇ ਉਸ ਜ਼ਮਾਨੇ 'ਚ ਜਿਹਨੂੰ ਅੱਜ ਤਮਿਲਨਾਡੂ ਕਹਿੰਦੇ ਨੇ, ਮਦਰਾਸ ਸਟੇਟ ਸੀ, ਉੱਥੇ ਹਿੰਦੀ ਪੜ੍ਹਾਓ ਦੇ ਨਾਂ ਥੱਲੇ ਜਿਹੜਾ ਉਹ ਉੱਥੇ ਆਪਣੇ ਟੀਚਰ ਭੇਜੇ ਸੀ ਕਿ ਇਹਨਾਂ ਨੂੰ ਹਿੰਦੀ ਪੜ੍ਹਾਓ, ਔਰ ਇਹਦੇ ਬਾਵਜੂਦ ਜਦੋਂ ਕੰਸਟੀਚੂਐਂਟ ਅਸੈਂਬਲੀ ਦੇ ਵਿੱਚ ਇਹ ਡਿਬੇਟ ਚੱਲ ਰਹੀ ਸੀ ਕਿ ਜ਼ਬਾਨ ਜਿਹੜੀ ਹੈ ਕੀ ਹੋਏਗੀ, ਜ਼ਾਹਰ ਹੈ ਡਾਕਟਰ ਅਬੁਲ ਕਲਮ ਆਜ਼ਾਦ ਔਰ ਦੂਸਰੇ ਹਿੰਦੁਸਤਾਨੀ, ਜਿਹੜੀ ਹਿੰਦੁਸਤਾਨੀ ਦਾ ਮਤਲਬ ਸੀ ਜਿਸ ਦੇ ਵਿੱਚ ਜਿਵੇਂ ਉਰਦੂ ਜਿਹਨੂੰ ਭਾਵੇਂ ਕਿਹਾ ਜਾਂਦਾ, ਬਟ ਜਿਸ ਦਾ ਇਸਤੇਮਾਲ ਇੱਕ ਕਾਮਨ ਜ਼ਬਾਨ ਦੇ ਤੌਰ 'ਤੇ ਸੀ, ਲੇਕਿਨ ਇਹਨਾਂ ਵੱਲੋਂ ਜਿਹੜਾ ਕੰਸਟੀਚੂਐਂਟ ਅਸੈਂਬਲੀ ਵਿਦਨ ਕਾਂਗਰਸ ਜਿਹੜਾ ਹਿੰਦੂਤਵ ਦੇ ਸਾਰੇ ਲੋਕ ਸੀ ਉਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਜਿਹੜਾ ਇਹ ਦੇਵਨਾਗਰੀ ਦੇ ਵਿੱਚ ਸ਼ੁੱਧ ਹਿੰਦੀ ਜਿਹੜੀ ਹੈ ਉਹੀ ਜਿਹੜੀ ਹੈ ਨੈਸ਼ਨਲ ਲੈਂਗੁਏਜ ਹੋਏਗੀ। ਔਰ ਉਦੋਂ ਈਵਨ 20% ਲੋਕ ਵੀ, ਔਰ ਇਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਉਦੋਂ ਦੇ ਹਿੰਦੀ ਕਦੇ ਵੀ ਇੱਕ ਯੂਨੀਫਾਈਡ ਜ਼ਬਾਨ ਨਹੀਂ ਸੀ। ਈਵਨ ਜਿਹੜੇ ਜਿਸ ਯੂਪੀ ਔਰ ਬਿਹਾਰ ਦੀ ਜ਼ਬਾਨ ਹਿੰਦੀ ਕਹਿ ਕੇ ਇਹਨੂੰ ਅੱਗੇ ਸੁੱਟਿਆ ਜਾ ਰਿਹਾ ਸੀ, ਉਹਦੇ 'ਚ ਵੀ ਅਲੱਗ ਅਲੱਗ ਲੈਂਗੁਏਜਿਸ ਸੀ ਜਿਹਨਾਂ ਨੂੰ ਬਾਅਦ ਦੇ ਵਿੱਚ ਡਾਇਲੈਕਟ ਬਣਾ ਦਿੱਤਾ ਗਿਆ, ਜਿਹਨਾਂ ਦੇ ਵਿੱਚ ਬ੍ਰਿਜ ਭਾਸ਼ਾ ਵੀ ਸੀ, ਜਿਹਨਾਂ ਦੇ ਵਿੱਚ ਮੈਥਲੀ ਸੀ, ਜਿਹਦੇ ਵਿੱਚ ਭੋਜਪੁਰੀ ਸੀ, ਔਰ ਇਸ ਸਾਰੇ ਨੂੰ ਪਾਸੇ ਸੁੱਟ ਕੇ ਇਹ ਜਿਹੜੀ ਹਿੰਦੀ ਜ਼ਬਾਨ ਜਿਹੜੀ ਲਿਆ ਕੇ ਸਿਰ ਦੇ ਉੱਤੇ ਬਿਠਾਈ ਗਈ ਔਰ ਬਾਕੀ ਸਾਰੇ ਡਾਇਲੈਕਟ ਬਣਾ ਦਿੱਤੇ ਗਏ। ਸੋ ਇਹ ਜਿਹੜਾ ਵਿਦਨ ਕਾਂਗਰਸ ਵੀ ਜਿਹੜਾ ਏਜੰਡਾ ਰਾਮ ਰਾਜ ਦਾ ਐਵੇਂ ਨਹੀਂ, ਜਿਹੜਾ ਕਾਇਦੇ ਆਜ਼ਮ ਨੇ 1936 ਦੀ ਇਲੈਕਸ਼ਨ ਤੋਂ ਬਾਅਦ ਜਿਹੜੀ ਪਹਿਲੀ ਹਕੂਮਤ ਕਾਂਗਰਸ ਦੀ ਬਣੀ ਸੀ, ਜਿਹੜੀ ਹਰ ਸਟੇਟ 'ਚ ਉਹਨਾਂ ਦੀ ਬਣੀ ਸੀ, ਔਰ ਉਹਦੇ 'ਚ ਉਹਨਾਂ ਦਾ ਕਿਵੇਂ ਹਿੰਦੂਤਵ ਏਜੰਡਾ ਸਾਹਮਣੇ ਆਇਆ ਸੀ। ਫਿਰ ਗੱਲ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਕਰ ਰਹੇ ਹਾਂ, ਹਿੰਦੀ ਵੀ ਲਾਗੂ ਹੋਈ ਔਰ 1953, ਕਿਉਂਕਿ ਸ਼ਿਆਮਾ ਪ੍ਰਸ਼ਾਦ ਮੁਖਰਜੀ ਜਿਹਨੇ ਭਾਰਤੀ ਜਨਸੰਘ ਬਣਾਇਆ ਉਹ ਨਹਿਰੂ ਦੀ ਕੈਬਨਿਟ ਦੇ ਵਿੱਚ ਲਾਅ ਮਿਨਿਸਟਰ ਸੀ, ਔਰ ਉਹਨੇ ਬਣਾ ਕੇ ਉਹਦੀ ਇਹ ਮੰਗ ਸੀ ਕਿ ਧਾਰਾ 370 ਔਰ ਇਹਨੂੰ ਖਤਮ ਕਰੋ, ਔਰ 1953 ਸ਼ੁਰੂ ਦੇ ਵਿੱਚ ਸ਼ਾਇਦ ਫਰਵਰੀ ਮਾਰਚ ਦੇ ਵਿੱਚ ਹੀ ਕਸ਼ਮੀਰ ਦੇ ਵਿੱਚ ਐਂਟਰ ਕਰਨ ਲੱਗਾ ਸ਼ੇਖ ਅਬਦੁੱਲਾ ਜਿਹੜਾ ਉਦੋਂ ਪ੍ਰਾਈਮ ਮਿਨਿਸਟਰ ਸੀ ਜੰਮੂ ਕਸ਼ਮੀਰ ਦਾ, ਉਦੋਂ ਜੰਮੂ ਕਸ਼ਮੀਰ ਦਾ ਚੀਫ ਮਿਨਿਸਟਰ ਗਵਰਨਰ ਨਹੀਂ ਸੀ, ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਸੀ ਸਦਰੇ ਰਿਆਸਤ ਦੇ ਤੌਰ ਦੇ ਉੱਤੇ, ਔਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਜੰਮੂ ਕਸ਼ਮੀਰ ਸਰਹੱਦ ਦੇ ਉੱਤੇ, ਬਿਮਾਰ ਬਿਮੂਰ ਰਹਿੰਦਾ ਸੀ ਉਹ, ਉਹਦੀ ਮੌਤ ਹੋ ਗਈ ਉੱਥੇ, ਔਰ ਇਹਨਾਂ ਨੇ ਕਿਹਾ ਕਿ ਜੀ ਇਹ ਕੰਸਪੀਰੇਸੀ ਹੈ। ਔਰ ਉਸ ਪੀਰੀਅਡ ਤੱਕ ਜਿਹੜੀ ਹੈ ਕੰਸਟੀਚੂਐਂਟ ਅਸੈਂਬਲੀ ਜੰਮੂ ਕਸ਼ਮੀਰ ਦੀ ਬਣ ਚੁੱਕੀ ਸੀ, ਇਲੈਕਸ਼ਨਾਂ ਹੋਈਆਂ ਸੀ, ਔਰ ਹਰੀ ਸਿੰਘ ਦਾ ਪੁੱਤਰ ਕਰਨ ਸਿੰਘ ਜਿਹੜਾ ਇਹ ਸਦਰੇ ਰਿਆਸਤ ਸੀ, ਔਰ ਜਿਹੜਾ ਸ਼ੇਖ ਅਬਦੁੱਲਾ ਇਹ ਪ੍ਰਾਈਮ ਮਿਨਿਸਟਰ ਸੀ।
1953 ਚ ਆਰਐਸਐਸ ਦਾ ਇਹ ਬੰਦਾ ਜਾਂ ਜਨਸੰਘ ਦਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਡੈਥ ਹੁੰਦੀ ਹੈ। 1953 ਦੇ ਐਂਡ ਚ ਕਰਨ ਸਿੰਘ ਜਿਹੜਾ ਡੋਗਰਿਆ ਹਰੀ ਸਿੰਘ ਦਾ ਪੁੱਤਰ ਵਿਸ਼ਵ ਹਿੰਦੂ ਪਰਿਸ਼ਦ ਦਾ ਫਾਊਂਡਰ ਔਰ ਫਿਰਕੂ ਹਿੰਦੂ, ਉਹਨੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨਾਲ ਮਿਲ ਕੇ ਜਿਸ ਬਾਰੇ ਈਵਨ ਨਹਿਰੂ ਨੂੰ ਵੀ ਉਸ ਪੀਰੀਅਡ ਤੱਕ ਬਹੁਤ ਅਖੀਰ 'ਚ ਜਾ ਕੇ ਭਰੋਸੇ 'ਚ ਲਿਆ, ਉਹਨਾਂ ਨੇ ਕਹਾਣੀ ਕੜੀ ਕਿ ਜੀ ਸ਼ੇਖ ਅਬਦੁੱਲਾ ਅਮਰੀਕਨ ਅੰਬੈਸਡਰ ਨੂੰ ਮਿਲਿਆ ਔਰ ਇਹ ਜਿਹੜਾ ਆਲਰੇਡੀ ਪਲੈਨ ਕਰ ਰਹੇ ਨੇ, ਇਹਨੇ ਜੰਮੂ ਕਸ਼ਮੀਰ ਨੂੰ ਆਜ਼ਾਦ ਸਵਿਟਜ਼ਰਲੈਂਡ ਬਣਾਉਣ ਦਾ ਖਾਬ ਦੇਖ ਰਹੇ ਔਰ ਇਹ ਇਹਨੂੰ ਆਜ਼ਾਦ ਡਿਕਲੇਅਰ ਕਰ ਦੇਗਾ। 1953 ਦੇ ਵਿੱਚ ਹੀ ਉਸੇ ਸਾਲ ਜਦੋਂ ਸ਼ਿਆਮਾ ਪ੍ਰਸ਼ਾਦ ਮੁਖਰਜੀ ਮਰਦਾ, ਸ਼ੇਖ ਅਬਦੁੱਲੇ ਨੂੰ ਡਿਸਮਿਸ ਕਰਕੇ ਕਰਨ ਸਿੰਘ ਨੇ ਐਜ਼ ਏ ਸਦਰੇ ਰਿਆਸਤ ਆਪਣੀ ਪਾਵਰ ਇਸਤੇਮਾਲ ਕਰਦਿਆਂ ਜੇਲ੍ਹ ਦੇ ਪਿੱਛੇ ਡੱਕ ਦਿੱਤਾ ਔਰ ਅਗਲੇ ਫਿਰ 10-12 ਸਾਲ ਉਹ ਜੇਲ੍ਹ 'ਚੋਂ ਨਹੀਂ ਨਿਕਲਿਆ, ਫਿਰ ਛੱਡਿਆ, ਫਿਰ ਫੜ ਲਿਆ, ਫਿਰ 1970 'ਚ ਆਉਂਦਿਆਂ ਇੰਦਰਾ ਗਾਂਧੀ ਦੇ ਸਾਹਮਣੇ ਗੋਡੇ ਉਹਨੇ ਟੇਕ ਦਿੱਤੇ ਹੋਏ ਸੀ ਔਰ ਉਦੋਂ ਇਹ ਫੈਸਲਾ ਹੋਇਆ ਕਿ ਜੀ ਠੀਕ ਹੈ ਹੁਣ ਆਰਟੀਕਲ 370 ਪਹਿਲੀ ਸਟੇਜ 'ਤੇ ਹੀ ਉਦੋਂ ਡਿਲੂਟ ਕਰ ਦਿੱਤਾ ਗਿਆ ਕਿ ਜੰਮੂ ਕਸ਼ਮੀਰ ਦਾ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਹੁਣ ਉੱਥੇ ਚੀਫ ਮਿਨਿਸਟਰ ਔਰ ਗਵਰਨਰ ਹੋਣਗੇ। ਸੋ ਜ਼ਾਹਰ ਹੈ ਕਿ ਸ਼ੇਖ ਅਬਦੁੱਲਾ ਚੀਫ ਮਿਨਿਸਟਰ ਬਣ ਕੇ ਵੀ ਖੁਸ਼ ਹੋ ਗਿਆ, ਉਹਦਾ ਮੁੰਡਾ ਫਾਰੂਖ ਅਬਦੁੱਲਾ ਕਿੰਨੀ ਟਰਮ ਚੀਫ ਮਿਨਿਸਟਰ ਰਿਹਾ, ਫਿਰ ਉਹਦਾ ਮੁੰਡਾ ਉਮਰ ਅਬਦੁੱਲਾ ਵੀ ਰਿਹਾ, ਲੇਕਿਨ ਇਹ ਤਿੰਨ ਜਨਰੇਸ਼ਨਾਂ ਤੋਂ ਜਿਹਨਾਂ ਦਾ ਪ੍ਰੋ ਇੰਡੀਆ ਸਟੈਂਸ ਰਿਹਾ, ਇਹਦੇ ਬਾਵਜੂਦ ਜਿਵੇਂ ਫਾਰੂਖ ਅਬਦੁੱਲਾ ਨੂੰ ਜਿਹੜਾ ਉਹਨਾਂ ਨੇ ਹੁਣ ਪਬਲਿਕ ਸੇਫਟੀ ਐਕਟ ਦੇ ਥੱਲੇ 2 ਸਾਲ ਦੇ ਲਈ ਅੰਦਰ ਠੋਕ ਦਿੱਤਾ ਔਰ ਜਿਵੇਂ ਜਦੋਂ ਇਹ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਜੋ ਮਾਡਲ ਪੰਜਾਬ 'ਚ ਅਪਲਾਈ ਕੀਤਾ 80ਵਿਆਂ 'ਚ, ਉਦੋਂ ਵੀ ਪੰਜਾਬ ਦੀ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਇੱਧਰ ਉੱਧਰ ਕਰਕੇ ਉਹ ਆਪਣੀ ਜਿਹੜੀ ਹੈ ਆਪਣਾ ਸੌਦਾ ਵੇਚ ਰਿਹਾ ਸੀ। ਹੁਣ ਵੀ ਜਿਹੜਾ ਗਵਰਨਰ ਉੱਥੇ ਮਲਕ ਲਾਇਆ ਹੋਇਆ ਉਹਨੇ ਕੱਲ੍ਹ ਕਿਹਾ, ਉਹਨੇ ਕਿਹਾ ਜੀ ਇਹ ਜੰਮੂ ਕਸ਼ਮੀਰ 'ਚ ਅਸੀਂ ਇਸ ਕਿਸਮ ਇੰਨੀ ਡਿਵੈਲਪਮੈਂਟ ਕਰ ਦੇਣੀ ਹੈ ਕਿ ਜਿਹੜੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਦੇ ਲੋਕ ਨੇ ਉਹ ਭੱਜ ਭੱਜ ਕੇ ਕਹਿਣਗੇ ਕਿ ਅਸੀਂ ਇੰਡੀਆ ਨੂੰ ਜੁਆਇਨ ਕਰਨਾ। ਸੋ ਕਸ਼ਮੀਰ ਦੇ ਵਿੱਚ ਬਰਾਬਰ ਇਹਨਾਂ ਦਾ ਦਮਨ ਚੱਕਰ ਜਾਰੀ ਹੈ, ਆਉਣ ਵਾਲੇ ਇਕਨੋਮਿਕਲੀ ਉਹਨਾਂ ਨੂੰ ਡਿਸਟਰੋਏ ਕਰਨਾ, ਜਿਵੇਂ ਪੰਜਾਬ 'ਚ ਬੇਸ਼ੱਕ ਬਹੁਤ ਸਾਰਿਆਂ ਵੱਲੋਂ ਇਹ ਫਿਕਰ ਜ਼ਾਹਰ ਕੀਤਾ ਜਾ ਰਿਹਾ ਕਿ ਜੀ ਕਿਵੇਂ ਪੰਜਾਬ 'ਚੋਂ ਤਾਂ ਸਾਰੀ ਜਵਾਨੀ ਨਿਕਲ ਰਹੀ ਹੈ, ਹੁਣ ਪਿਛਲੇ ਸਾਰੇ ਸਾਲਾਂ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਨੌਜਵਾਨ, ਜੇ ਅਸੀਂ ਕਹਿੰਦੇ ਹਾਂ ਜੀ ਕੈਨੇਡਾ 'ਚ ਜਿਹੜਾ 2 ਲੱਖ ਨੌਜਵਾਨ ਆ ਗਿਆ ਇਸ ਇਹਨਾਂ 2 ਸਾਲਾਂ 'ਚ, ਜਾਂ ਆਸਟ੍ਰੇਲੀਆ 'ਚ ਪਾਪੂਲੇਸ਼ਨ 130% ਵੱਧ ਗਈ, ਕਿੱਥੋਂ ਆ ਰਹੇ ਨੇ? ਪੰਜਾਬ 'ਚੋਂ ਆ ਰਹੇ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਪੂਰੀ ਜਨਰੇਸ਼ਨ ਮਾਰੀ, ਫਿਰ ਡਰੱਗਸ ਦੇ ਹਵਾਲੇ ਕੀਤੀ, ਫਿਰ ਇਕਨੋਮਿਕਲ ਉਹ ਸਿਚੁਏਸ਼ਨਸ ਪੈਦਾ ਕਰ ਦਿੱਤੀਆਂ ਕਿ ਕਿਸਾਨ ਸੁਸਾਈਡ ਕਰ ਰਹੇ, ਆਤਮਘਾਤ ਕਰ ਰਹੇ, ਐਵਰੇਜ 6-7 ਸੁਸਾਈਡ ਪੰਜਾਬ 'ਚ, ਔਰ ਸਿੱਖ ਕਿਸਾਨ ਹੋ ਤੁਸੀਂ ਜਦੋਂ ਉਹਨਾਂ ਦੀਆਂ ਪਿਕਚਰਸ ਵੀ ਦੇਖਦੇ ਹੋ ਸਿੱਖੀ ਸਰੂਪ ਦੇ ਵਿੱਚ ਪੱਗਾਂ ਸਿਰ 'ਤੇ ਬੰਨੀਆਂ ਹੋਈਆਂ ਨੇ ਔਰ ਉਹਨਾਂ ਦੀ ਜਵਾਨੀ ਜਿਹੜੀ ਹੈ ਪੰਜਾਬ ਦੀ ਉਹ ਹਿਜਰਤ ਕਰ ਰਹੀ ਹੈ, ਕਿਉਂਕਿ ਇਕਨੋਮਿਕਲੀ ਪੰਜਾਬ ਨੂੰ ਇੰਨੀ ਮਾਰ ਮਾਰ ਦਿੱਤੀ ਹੈ, ਕੋਈ ਉੱਥੇ ਡਿਵੈਲਪਮੈਂਟ ਤਾਂ ਦੂਰ ਦੀ ਗੱਲ, ਜੋ ਕੁਛ ਸੀ ਉਹ ਵੀ ਉਜਾੜ ਦਿੱਤਾ ਕਿ ਲੋਕਾਂ ਦੇ ਕੋਲ ਕੋਈ ਚੋਇਸ ਨਹੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ। ਸੋ ਇਹੀ ਮਾਡਲ, ਕਿਉਂਕਿ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ, ਅੱਜ ਹੀ ਇੱਕ ਆਰਟੀਕਲ ਜਿਹੜਾ ਐਂਡਰਿਓ ਕੋਰੀਬਿਕੋ ਉਹਨਾਂ ਦਾ ਜੀਓ ਪੋਲੀਟਿਕਾ 'ਚ ਛਪਿਆ ਹੈ, ਅਮੈਰੀਕਨ ਬੋਰਨ ਨੇ, ਸ਼ਾਇਦ ਹੁਣ ਰਸ਼ੀਆ ਬੇਸਡ ਹੈ, ਔਰ ਇਹ ਪਿਛਲੇ ਕੁਛ ਪੀਰੀਅਡ 'ਚ ਅਸੀਂ ਡਿਸਕਸ ਵੀ ਕੀਤੇ ਨੇ ਅੱਗੇ ਇਹਨਾਂ ਦੇ ਆਰਟੀਕਲ। ਇੰਨੀ ਪਕੜ ਹੈ ਸਾਰੀ ਸਿਚੁਏਸ਼ਨ ਦੇ ਉੱਤੇ ਕਿ ਜਿਹੜਾ ਕੋਈ ਬਹੁਤ ਇਨਸਾਈਡਰ ਹੀ ਜਾਣ ਸਕਦਾ। ਸੋ ਉਹਨਾਂ ਦਾ ਇਸ ਸਟੇਜ ਦੇ ਉੱਤੇ ਜਿਹੜਾ ਲਿਖਣਾ, ਔਰ ਇਹ ਇਸ ਗੱਲ ਨੂੰ ਵੀ ਬਹੁਤ ਵਾਰ ਜੋ ਅੱਜ ਕਸ਼ਮੀਰ 'ਚ ਚੱਲ ਰਿਹਾ ਹੈ, ਇੱਕ ਲਫ਼ਜ਼ ਕਈ ਵਾਰੀ ਅੰਗਰੇਜ਼ੀ ਵਾਲੇ ਇਸਤੇਮਾਲ ਕਰਨਗੇ, ਬਾਹਰਲਾ ਮੀਡੀਆ ਵੀ,
ਅਨਪ੍ਰੈਸੀਡੈਂਟਿਡ ਵਾਟ ਇਜ਼ ਹੈਪਨਿੰਗ ਇਨ ਕਸ਼ਮੀਰ ਇਜ਼ ਅਨਪ੍ਰੈਸੀਡੈਂਟਿਡ ਜਿਹਦਾ ਮਤਲਬ ਹੁੰਦਾ ਕਿ ਇਹ ਪਹਿਲਾਂ ਕਦੇ ਨਹੀਂ ਹੋਇਆ ਪਰ ਅਸੀਂ ਆਲਰੇਡੀ ਆਪਣੇ ਪ੍ਰੋਗਰਾਮ 'ਚ ਵੀ ਇਹ ਕਿਹਾ ਸੀ ਕਿ ਵੀ ਜੋ ਕਸ਼ਮੀਰ 'ਚ ਅੱਜ ਹੋ ਰਿਹਾ ਹੈ ਪੰਜਾਬ ਦੀ ਲੈਬੋਰਟਰੀ ਸੀ ਪੰਜਾਬ ਦੇ ਵਿੱਚ ਇਹ ਸਾਰਾ ਕੁਛ ਟੈਸਟ ਕੀਤਾ ਜਾ ਚੁੱਕਾ ਹੈ ਸਕਸੈਸਫੁਲੀ ਟੈਸਟ ਕੀਤਾ ਉਹਨਾਂ ਨੇ ਕਿ ਕਿਵੇਂ ਜੂਨ 84 ਦਾ ਪਹਿਲਾ ਹਫ਼ਤਾ ਦਰਬਾਰ ਸਾਹਿਬ ਪੰਜਾਬ ਨੂੰ ਸਾਰੀ ਦੁਨੀਆਂ ਨਾਲੋਂ ਕੱਟ ਦਿੱਤਾ ਕਿਵੇਂ ਮੀਡੀਆ ਕੱਢ ਦਿੱਤਾ ਹੈ ਪੈਦਲ ਚੱਲਣ 'ਤੇ ਵੀ ਪਾਬੰਦੀ ਟੈਂਕਾਂ ਤੋਪਾਂ ਨਾਲ ਹਮਲਾ ਪਹਿਲਾ ਆਪਰੇਸ਼ਨ ਜਿਹਦਾ ਨਾਂ ਜਿਹੜਾ ਬਲੂ ਸਟਾਰ ਰੱਖਿਆ ਗਿਆ ਫਿਰ ਪੰਜਾਬ ਦੇ 12,000 ਪਿੰਡਾਂ 'ਚ ਜਿਹੜਾ ਉਹਨਾਂ ਦੀ ਫੌਜ ਫੈਲੀ 16 ਸਾਲ ਤੋਂ ਲੈ ਕੇ 35 ਸਾਲ ਤੱਕ ਦੀ ਉਮਰ ਦੇ ਨੌਜਵਾਨ ਘਰਾਂ 'ਚੋਂ ਕੱਢ ਕੇ ਅੱਧੀ ਰਾਤ ਨੂੰ ਰੇਡ ਕਰਕੇ ਉਹਨਾਂ ਨੂੰ ਜਿਹੜਾ ਮਾਰਿਆ ਉਹਦਾ ਨਾਂ ਵੁੱਡ ਰੋਜ਼ ਰੱਖਿਆ ਫਿਰ ਪੰਜਾਬ ਦੇ ਵਿੱਚ ਕਿੰਨੇ ਆਪਰੇਸ਼ਨ 1 ਦਰਜਨ ਦੇ ਕਰੀਬ ਔਰ ਫਾਈਨਲੀ ਜਿਹੜਾ ਆਪਰੇਸ਼ਨ ਜਿਹਦੇ 'ਚ ਆਪਰੇਸ਼ਨ ਚੇਜ਼ ਫਿਰ ਆਪਰੇਸ਼ਨ ਫਾਈਨਲ ਅਸੌਲਟ ਜਿਹਦੇ ਥੱਲੇ 92 ਤੋਂ ਲੈ ਕੇ 94 ਤੱਕ 50,000 ਤੋਂ ਜ਼ਿਆਦਾ ਨੌਜਵਾਨ ਜਿਹੜੇ ਨੇ ਪਹਿਲਾਂ ਤਾਂ ਪੁਲਿਸ ਮੁਕਾਬਲਿਆਂ 'ਚ ਵਿਰਲੇ ਮਾਰੇ ਜੂਨ 84 ਤੋਂ ਇਕਦਮ ਬਾਅਦ ਤਾਂ ਉਹ ਹੈ ਹੀ ਸੀ ਫੌਜ ਪੰਜਾਬ ਦੇ ਵਿੱਚ ਆਲਮੋਸਟ 6 ਮਹੀਨੇ ਰਹੀ ਉਸ ਤੋਂ ਬਾਅਦ ਉਹਦੇ 'ਚ ਉਹਨਾਂ ਨੇ ਆਪਰੇਸ਼ਨ ਵੁੱਡ ਰੋਜ਼ ਕੀਤਾ ਜਿਹੜਾ ਪੰਜਾਬ ਦੇ ਪਿੰਡਾਂ 'ਚ ਸਿੱਖ ਨੌਜਵਾਨੀ ਦਾ ਸਫਾਇਆ ਸੀ ਫਿਰ ਜਦੋਂ ਮੁਕਾਬਲੇ ਹੁੰਦੇ ਸੀ ਉਹਨਾਂ ਪਿੰਡਾਂ ਨੂੰ ਘੇਰ ਕੇ ਮੁੰਡੇ ਮਾਰ ਦੇਣੇ ਜਾਂ ਚੁੱਕ ਲੈਣੇ ਔਰਤਾਂ ਦੀ ਬੇਹੁਰਮਤੀ ਕਰਨੀ ਪਰ ਜਿਹੜਾ 1992 ਤੋਂ 1994 ਤੱਕ ਫਿਰ ਇਹਨਾਂ ਨੇ ਇੱਕ ਵੱਢਿਓ ਜਿਹਨੂੰ ਇਹਨਾਂ ਨੇ ਕਿਹਾ ਸੀ 3 ਟਾਇਰ ਕਿਲਿੰਗ ਕਿ ਵੀ ਜਿਹੜੇ ਨੇ ਜੁਝਾਰੂ ਮੂਵਮੈਂਟਸ ਮਿਲੀਟੈਂਟ ਉਹ ਵੀ ਉਹਨਾਂ ਦੇ ਭਰਾ ਉਹਨਾਂ ਦੇ ਮਾਪਿਓ ਉਹਨਾਂ ਦੇ ਰਿਸ਼ਤੇਦਾਰ ਉਹ ਵੀ ਸਾਫ਼ ਕਰ ਦਿਓ ਔਰ 3rd ਸਟੇਜ ਜਿਹੜੀਆਂ ਉਹਨਾਂ ਦੀਆਂ ਪਨਾਹਗਾਹ ਨੇ ਕਿ ਜਿੱਥੇ ਖ਼ਬਰ ਵੀ ਮਿਲਦੀ ਸੀ ਕਿ ਉੱਥੇ ਕਦੇ ਰੋਟੀ ਖਾ ਕੇ ਗਏ ਜਾਂ ਰਹਿ ਕੇ ਗਏ ਉਹ ਵੀ ਮਾਰ ਦਿਓ ਸੋ ਉਹਦੇ 'ਚ 50,000 ਤੋਂ ਜ਼ਿਆਦਾ ਕਿਲਿੰਗਸ ਪੰਜਾਬ 'ਚ ਕੀਤੀਆਂ ਔਰ ਅਗਲੀ ਜਨਰੇਸ਼ਨ ਡਰੱਗਸ ਦੇ ਹਵਾਲੇ ਕੀਤੀ ਸੋ ਇਹ ਕਸ਼ਮੀਰ 'ਚ ਜੋ ਹੋ ਰਿਹਾ ਅਨਪ੍ਰੈਸੀਡੈਂਟਿਡ ਨਹੀਂ ਹੈ ਇਹਦਾ ਆਲਰੇਡੀ ਪ੍ਰੈਸੀਡੈਂਟ ਪੰਜਾਬ ਦੇ ਵਿੱਚ ਉਹਨਾਂ ਨੇ ਸਕਸੈਸਫੁਲੀ ਜਿਹੜਾ ਉਹ ਲਾਗੂ ਕੀਤਾ ਔਰ ਇਹੀ ਅੱਜ ਦੀ ਜਿਹੜੀ ਇਹ ਲਿਖਤ ਹੈ ਮਿਸਟਰ ਐਂਡਰਿਊ ਕੋਰਬਿਕੋ ਦੀ ਉਹਨਾਂ ਨੇ ਜੀਓ ਪੋਲੀਟਿਕਾ 'ਚ ਛਪਿਆ ਔਰ ਉਹਦਾ ਜਿਹੜਾ ਅਨੁਮਾਨ ਹੈ ਹੈਡਲਾਈਨ ਇਹ ਹੈ 1984 ਪੰਜਾਬ ਵਾਸ ਦਾ ਟੈਂਪਲੇਟ ਫੋਰ 2019 ਕਸ਼ਮੀਰ ਕਿ ਜੋ 2019 'ਚ ਹੁਣ ਕਸ਼ਮੀਰ 'ਚ ਹੋ ਰਿਹਾ ਹੈ ਇਸ ਦਾ ਟੈਂਪਲੇਟ ਪਹਿਲਾਂ ਹੀ ਜਿਹੜਾ ਉਹ ਪੰਜਾਬ ਸੀ ਪਰ ਮੈਂ ਕਿਉਂਕਿ ਇਹ ਬੜਾ ਵੈਲ ਰਿਟਨ ਹੈ ਔਰ ਬਹੁਤ ਵਾਰੀ ਇਹ ਹੁੰਦਾ ਵੀ ਜਿਹੜਾ ਰਾਈਟਰ ਹੈ ਜਦੋਂ ਉਹਦੇ ਉਹ ਕਲਮ ਚੁੱਕਦਾ ਉਹਦਾ ਇੱਕ ਫਲੋ ਹੁੰਦਾ ਲਫਜ਼ਾਂ ਦੀ ਚੋਣ ਹੁੰਦੀ ਹੈ ਔਰ ਬਤੌਰੇ ਇੱਕ ਜਿਹੜਾ ਨੌਨ ਸਿੱਖ ਖਾਸ ਤੌਰ 'ਤੇ ਹਜ਼ਾਰਾਂ ਮੀਲ ਦੂਰ ਬੈਠਾ ਉਹ ਜਿਸ ਅੰਡਰਸਟੈਂਡਿੰਗ ਦੇ ਨਾਲ ਲਿਖਦਾ ਸਾਡੇ 'ਚ ਜ਼ਾਹਰ ਹੈ ਐਮੋਸ਼ਨ ਵੀ ਆ ਜਾਂਦੀ ਹੈ ਕਈ ਵਾਰ ਹੋ ਸਕਦਾ ਅਸੀਂ ਉਸ ਐਮੋਸ਼ਨ ਦੇ ਵਿੱਚ ਵੀ ਬਹਿ ਜਾਂਦੇ ਹੋਈਏ ਪਰ ਮੈਂ ਇਸ ਨੂੰ ਛੋਟਾ ਆਰਟੀਕਲ ਹੈ ਮੈਂ ਇਨ ਟੋਟੈਲਿਟੀ ਸਾਂਝਾ ਕਰਨਾ ਚਾਹੁੰਦਾ ਇਹ ਦੱਸਣ ਦੇ ਲਈ ਕਿ ਵੀ ਕਿਵੇਂ ਪੰਜਾਬ ਦੇ ਵਿੱਚ ਜੋ ਕੁਛ ਵਾਪਰਿਆ 1980 'ਚ ਉਹੀ ਅੱਜ ਵਾਪਰ ਰਿਹਾ ਔਰ ਅਸੀਂ ਕੱਲ੍ਹ ਜਦੋਂ ਨਿਊਜ਼ 92 ਦੀ ਗੱਲ ਕੀਤੀ ਕਿ ਭਾਈ ਜਿਹੜਾ ਜਦੋਂ ਮਿਸਟਰ ਜ਼ੁਲਫਿਕਾਰ ਬੁਖਾਰੀ ਜਿਹੜੇ ਪਾਕਿਸਤਾਨ ਦੇ ਓਵਰਸੀਜ਼ ਪਾਕਿਸਤਾਨੀਆਂ ਦੇ ਮਿਨਿਸਟਰ ਵੀ ਨੇ ਔਰ ਉਸ ਦੇ ਨਾਲ ਨਾਲ ਸਪੈਸ਼ਲ ਐਂਡ ਵਾਏ ਵੀ ਇਮਰਾਨ ਖਾਨ ਸਾਹਿਬ ਦੇ ਆਏ ਔਰ ਜਦੋਂ ਬੇਸ਼ੱਕ ਉਹਨਾਂ ਨੇ ਇਸ ਵਿਜ਼ਿਟ ਨੂੰ ਲੈ ਕੇ ਜਿਹੜੀ ਇਮਰਾਨ ਖਾਨ ਸਾਹਿਬ ਦੀ ਗੱਲ ਕਰਨੀ ਸੀ ਪਰ ਕਰਤਾਰ ਕਿਉਂਕਿ ਸਿੱਖ ਡੈਲੀਗੇਸ਼ਨ ਸੀ ਕਰਤਾਰਪੁਰ ਕੋਰੀਡੋਰ ਦੀ ਗੱਲ ਵੀ ਹੋਈ ਔਰ ਕਸ਼ਮੀਰੀਆਂ ਦੇ ਨਾਲ ਸਾਡਾ ਜਿਵੇਂ ਸਿੱਖ ਮਹਿਸੂਸ ਕਰਦੇ ਨੇ ਸਿੱਖ ਖਲੋਤੇ ਨੇ ਕੱਲ੍ਹ ਵੀ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਪੰਜਾਬ ਦੇ 14-15 ਜ਼ਿਲ੍ਹਿਆਂ 'ਚ ਦਰਜਨਾਂ ਥਾਵਾਂ ਦੇ ਉੱਤੇ ਜਿਹੜਾ ਸਿਟ ਇਨਸ ਹੋਏ ਮੋਦੀ ਦੀ ਅਰਥੀ ਸਾੜੀ ਗਈ ਔਰ ਥਾਂ ਥਾਂ ਹੋਇਆ
ਸੋ ਅੱਜ ਹੀ ਸਾਨੂੰ ਦੋ ਤਿੰਨ ਮੈਸੇਜ ਸੀ ਕਿ ਜੀ ਸਾਡੀ ਐਕਸੈਸ ਨਹੀਂ ਹੈ 92 ਵਾਲਾ, ਜੇ ਤੁਸੀਂ ਕਲਿੱਪ ਦਿਖਾ ਦਿਓ ਤਾਂ ਮੈਂ ਬਿਫੋਰ ਮੈਂ ਇਸ ਨੂੰ ਸਾਂਝਾ ਕਰਾਂ, ਕਿਉਂਕਿ ਇਹਦੇ 'ਚ ਵੀ ਕਸ਼ਮੀਰ ਦਾ ਜ਼ਿਕਰ ਖਾਸ ਤੌਰ 'ਤੇ ਹੈ। ਸੋ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇੱਕ ਮਿੰਟ ਦੀ ਉਹ ਜ਼ਰਾ ਵੀਡੀਓ ਚਲਾ ਦੇਣ, ਫਿਰ ਮੈਂ ਇਹ ਆਰਟੀਕਲ ਡਿਸਕਸ ਕਰ ਦੇਵਾਂਗਾ। نیویارک کے علاقے براک میں وزیر اعظم عمران خان کے معاون خصوصی زلفی بخاری سے اوورسیز پاکستانی اور سکھ کمیونٹی کے رہنماؤں نے ملاقات کی ہے۔ تفصیلات جانتے ہیں ندیم منظور سلہری کی رپورٹ میں۔ وزیر اعظم عمران خان کے معاون خصوصی زلفی بخاری نے نیویارک میں سکھ رہنماؤں سے ملاقات کی ہے۔ سکھ وفد کی قیادت ڈاکٹر امرجیت سنگھ کر رہے تھے۔ زلفی بخاری نے کہا عمران خان کی قیادت میں پوری قوم کشمیر کاز کے لیے متحد ہے، کشمیریوں کی قربانیاں کبھی رائے گان نہیں جائیں گی۔ انہوں نے سکھ وفد کو یقین دلایا کہ کرتارپور راہداری کھولنے پر کسی قسم کا سمجھوتا نہیں کیا جائے گا۔ اس موقع پر ڈاکٹر امرجیت سنگھ نے مودی حکومت کے کشمیریوں پر مظالم کی شدید مذمت کی، جبکہ آرمی برادری کی خاموشی کو بھی تنقید کا نشانہ بنایا۔ اس موقع پر فیصلہ کیا گیا کہ سکھ اور پاکستانی مل کر مودی حکومت کے غیر آئینی اور غیر اخلاقی ہتھ کنڈے بے نقاب کرتے رہیں گے۔ سکھ کمیونٹی کے وفد میں احمد سنگھ، ہردیال سنگھ، ڈاکٹر اروندر سنگھ، سکھ جندر سنگھ، ٹرلو چند پال سنگھ، گردیال سنگھ، ڈاکٹر رنجیت سنگھ اور دیگر شامل تھے۔ ندیم منصور سلہری، 92 نیوز، نیو یارک۔ جی ڈاکٹر صاحب، سارے درشکوں نے یہ ویڈیو دیکھ لی، ہوں اسی چاہیں گے جو پروگرام دی لگاتارتا ہے اس نے جاری کیتا جائے۔ جی ڈاکٹر صاحب، اینڈریو کاربیکو لکھتے نے دا ڈریکونین کنٹرولز امپوزڈ ان کنٹمپرری کشمیر اینڈ سلو موشن ایتھنک کلینزنگ ٹیکنگ پلیس دیئر ان ریسپانس ٹو اٹس انڈیجنس پیپلز پاپولر سیلف ڈیٹرمینیشن موومنٹ ور فرسٹ پائنیئر بائی وٹ انڈیا ڈیڈ ان پنجاب 35 ایئرز اگو وین اٹمپٹنگ ٹو سپریس دا خالستان موومنٹ and a remembrance of those terrible times could prove informative for predicting what might happen next in Kashmir. Unhone kaha ji Punjab model template hi utthe apply ho reha hai 35 saal pehla, aur inu samjhna zaruri hoyega ki Punjab ch ki hoya si taaki Kashmir bare is gal di samajh hoye ki is to baad agla phase utthe ki hoyega. Bilkul. India's unilateral Israel-like moves in Kashmir are being described as unprecedented, and in the administrative territorial sense they certainly are, because an internationally recognized disputed territory hasn't ever had one of the parties partition the area under their control. That said, the draconian controls imposed in Indian occupied Kashmir and slow motion ethnic cleansing taking place there in response to the indigenous people's popular self-determination movement were actually first pioneered by what India did in Punjab 35 years ago when attempting to suppress the Khalistan movement. What is being referred to here is not the increasingly well-known Operation Blue Star, when Indian forces attacked the holiest site of the Sikh religion and slaughtered both separatists and civilians alike who took shelter within that shrine, but much lesser known Operation Woodrose that took place soon thereafter and terrorized the region's inhabitants through arbitrary arrests and even extrajudicial executions, with these human rights abuses being kept hidden from the world by India's prohibition on independent journalism in that part of the country during those events. ਕਿ ਗੱਲ ਸਿਰਫ ਆਪਰੇਸ਼ਨ ਬਲੂ ਸਟਾਰ ਦੇ ਨਹੀਂ, ਜਦੋਂ ਕਿ ਫੌਜ ਨੇ ਹਮਲਾ ਕੀਤਾ ਅੰਦਰ ਸੰਤ ਪਿੰਡਰਾਂ ਵਾਲੇ ਔਰ ਸਿੰਘ ਸ਼ਹੀਦ ਹੋਏ, ਹਜ਼ਾਰਾਂ ਸਿਵਿਲੀਅਨ ਵੀ ਹੋਏ, ਪਰ ਜਿਹੜਾ ਆਪਰੇਸ਼ਨ ਦੂਸਰਾ ਉਹਨਾਂ ਨੇ ਪੰਜਾਬ ਦੇ ਪਿੰਡਾਂ 'ਚ ਕੀਤਾ ਆਪਰੇਸ਼ਨ ਵੁੱਡਰੋ, ਜਿਹੜਾ ਪੈਟਰਨ ਕਸ਼ਮੀਰ 'ਚ ਫੋਲੋ ਕੀਤਾ ਜਾ ਰਿਹਾ, ਗੱਲ ਇਹ ਉਸ ਦੀ ਕਰ ਰਹੇ ਨੇ। ਔਰ ਉਦੋਂ ਕਿਉਂਕਿ ਇਹਨਾਂ ਨੇ ਉਵੇਂ ਹੀ ਜਿਵੇਂ ਅੱਜ ਜੰਮੂ ਕਸ਼ਮੀਰ ਦੀ ਇਨਫੋਰਮੇਸ਼ਨ ਬਾਹਰ ਨਹੀਂ ਨਿਕਲਣ ਦਿੱਤੀ ਜਾ ਰਹੀ,
ਇਹੀ ਹਾਲ ਪੰਜਾਬ ਸੀ, ਸਾਰੇ ਜਰਨਲਿਸਟ ਕੱਢ ਦਿੱਤੇ ਗਏ ਸੀ, ਬਾਕੀਆਂ 'ਤੇ ਸਰਕਾਰੀ ਕੰਟਰੋਲ ਸੀ, ਖਬਰ ਉਹੀ ਛਪਦੀ ਸੀ ਜੋ ਸਰਕਾਰ ਚਾਹੁੰਦੀ ਸੀ। ਦੇਅਰ ਵਾਜ਼ ਵਨ ਨੋਟੇਬਲ ਐਕਸੈਪਸ਼ਨ ਹਾਊਐਵਰ ਐਂਡ ਦੈਟ ਵਾਜ਼ ਬ੍ਰਹਮ ਚੈਲਾਨੀ, ਏ ਰਿਪੋਰਟਰ ਫਾਰ ਐਸੋਸੀਏਟਡ ਪ੍ਰੈਸ ਨਿਊਜ਼ ਏਜੰਸੀ, ਹੂ ਸਟੋਰੀ ਵਾਜ਼ ਰੈਫਰੈਂਸਡ ਇਨ ਔਨਲਾਈਨ ਇੰਡੀਆ ਇਨਫੋਰਮੇਸ਼ਨ ਆਊਟਲੈਟ ਲਾਈਵ ਮਿੰਟ 2014 ਆਰਟੀਕਲ ਅਬਾਊਟ ਆਪਰੇਸ਼ਨ ਬਲੂ ਸਟਾਰ ਵੈਨ ਦਾ ਆਰਮੀ ਕੰਟਰੋਲਡ ਇੰਡੀਅਨ ਮੀਡੀਆ। ਦ ਆਥਰਸ ਰਾਈਟਲੀ ਰੇਜ਼ਡ ਅਵੇਅਰਨੈਸ ਅਬਾਊਟ ਹਿਸ ਪਲਾਈਟ ਐਟ ਦ ਟਾਈਮ ਬਾਈ ਪੁਆਇੰਟਿੰਗ ਆਊਟ ਹਾਊ ਹੀ ਵਾਜ਼ ਚਾਰਜ ਵਿਦ ਵਾਇਲੇਟਿੰਗ ਪੰਜਾਬ ਪ੍ਰੈਸ ਸੈਂਸਰਸ਼ਿਪ, ਟੂ ਕਾਊਂਟਸ ਆਫ ਫੈਨਿੰਗ ਸੈਕਟੇਰੀਅਨ ਹੇਟਰਡ ਐਂਡ ਟ੍ਰਬਲ ਐਂਡ ਲੇਟਰ ਵਿਦ ਸੈਡੀਸ਼ਨ ਫਾਰ ਐਕੂਰੇਟਲੀ ਰਿਪੋਰਟਿੰਗ ਔਨ ਐਕਸਟਰਾ ਜੁਡੀਸ਼ੀਅਲ ਐਗਜੀਕਿਊਸ਼ਨ ਆਫ ਸੈਵਰਲ ਸਿੱਖਸ ਡਿਊਰਿੰਗ ਆਪਰੇਸ਼ਨ ਬਲੂ ਸਟਾਰ ਐਂਡ ਹਿਸ ਕੰਕਲੂਜਨ ਦੈਟ ਐਟ ਲੀਸਟ ਟਵਾਈਸ ਐਜ਼ ਮੈਨੀ ਪੀਪਲ ਆਰ ਕਿਲਡ ਡਿਊਰਿੰਗ ਦੈਟ ਸੀਜ ਦੈਟ ਦ ਗਵਰਨਮੈਂਟ ਆਫੀਸ਼ੀਅਲੀ ਐਡਮਿਟਡ ਆਲ ਚਾਰਜਿਸ ਅਗੇਂਸਟ ਹਿਮ ਵਰ ਲੇਟਰ ਡਰੋਪਡ ਦ ਈਅਰ ਆਫਟਰਵਰਡਸ ਬਟ ਦ ਐਗਜ਼ਾਮਪਲ ਦੈਟ ਦ ਸਟੇਟ ਮੇਡ ਆਊਟ ਆਫ ਹਿਮ ਹੈਡ ਏ ਚਿਲਿੰਗ ਇਫੈਕਟ ਇਨ ਡੈਟਰਿੰਗ ਅਦਰ ਜਰਨਲਿਸਟ ਫਰੋਮ ਰਿਪੋਰਟਿੰਗ ਅਬਾਊਟ ਦ ਟਰੂਥ ਆਫ ਵਟ ਹੈਪਨ ਡਿਊਰਿੰਗ ਦੈਟ ਅਟੈਕਸ ਐਂਡ ਦ ਸਬਸੀਕੁਐਂਟ ਆਪਰੇਸ਼ਨ ਵੁੱਡ ਰੋਜ਼ ਦੈਟ ਅਲਾਊਡ। ਇਹਨਾਂ ਨੇ ਐਸੋਸੀਏਟਡ ਪ੍ਰੈਸ ਦੇ ਜਰਨਲਿਸਟ ਬ੍ਰਹਮ ਚੈਲਾਨੀ ਦੀ ਗੱਲ ਕੀਤੀ ਹੈ, ਜਦੋਂ ਕਿ ਜੂਨ 84 ਦੇ ਫੌਜੀ ਹਮਲੇ ਵੇਲੇ ਅੰਮ੍ਰਿਤਸਰ 'ਚੋਂ ਉਹਨਾਂ ਕੋਲ, ਕਿਉਂਕਿ ਲਿਸਟ ਹੁੰਦੀ ਹੈ ਜਿਹੜੇ ਫੋਰਨ ਰਿਪੋਰਟਰ ਨੇ ਉਹਨਾਂ ਨੂੰ ਰਜਿਸਟਰ ਕਰਵਾਉਣਾ ਪੈਂਦਾ, ਸੋ ਉਹ ਤਾਂ ਉਹਨਾਂ ਨੇ ਲਿਸਟ ਦੇ ਮੁਤਾਬਕ ਕੱਢ ਦਿੱਤੇ। ਉਸ ਲਿਸਟ ਦੇ ਵਿੱਚ ਉਦੋਂ ਬ੍ਰਹਮ ਚੈਲਾਨੀ ਦਾ ਨਾਂ ਨਹੀਂ ਸੀ ਜਿਹੜਾ ਐਸੋਸੀਏਟਡ ਪ੍ਰੈਸ ਨੂੰ ਰਿਪ੍ਰੈਜੈਂਟ ਕਰਦਾ ਸੀ। ਇਹ ਜਿਹੜਾ 3 ਜੂਨ ਦੀ ਰਾਤ ਨੂੰ ਲੇਟ ਆਵਰਸ ਚੈੱਕ ਇਨ ਹੋਇਆ ਜਦੋਂ ਕਿ ਕੱਟ ਆਫ ਪੰਜਾਬ ਨੂੰ ਕੀਤਾ ਗਿਆ, ਔਰ ਇਹਦੀ ਉਹਨਾਂ ਕੋਲ ਰਿਪੋਰਟਿੰਗ ਨਹੀਂ ਸੀ, ਔਰ ਇਹਨੇ ਇਨ ਬਿਟਵੀਨ ਜਿਹੜਾ ਉਹ ਸਾਰੇ ਨੂੰ ਰਿਪੋਰਟ ਕੀਤਾ। ਪੰਜਾਬ ਹਰਿਆਣਾ ਬੰਦ ਸੀ ਸਾਰਾ, ਉੱਥੋਂ ਰਿਪੋਰਟ ਭੇਜੀ ਵੀ ਨਹੀਂ ਸੀ ਜਾ ਸਕਦੀ, ਔਰ 3-4 ਦਿਨ ਬਾਅਦ ਜਦੋਂ ਕਿ 5 ਔਰ 6 ਜੂਨ ਦੀ ਰਾਤ ਤੋਂ ਬਾਅਦ ਇਹ ਫਿਰ ਸ਼ਿਮਲਾ ਪਹੁੰਚਿਆ ਜਿੱਥੋਂ ਕਿ ਹਿਮਾਚਲ ਸੀ, ਉੱਥੇ ਉਹ ਰੈਸਟ੍ਰਿਕਸ਼ਨ ਨਹੀਂ ਸੀ। ਐਸੋਸੀਏਟਡ ਪ੍ਰੈਸ ਆ ਰਿਹਾ, ਇੰਟਰਨੈਸ਼ਨਲ ਪ੍ਰੈਸ ਏਜੰਸੀ ਹੈ, ਇਹਨੇ ਉਹ ਰਿਪੋਰਟਸ ਉੱਥੋਂ ਭੇਜੀਆਂ, ਔਰ ਉਹਦੇ 'ਚ ਉਹਨੇ ਮੈਂਸ਼ਨ ਕੀਤਾ ਕਿ ਕਿਵੇਂ ਕਿੰਨੇ ਮਾਰੇ ਗਏ ਹਜ਼ਾਰਾਂ 'ਚ, ਕਿਵੇਂ ਡੰਪ ਟਰੱਕਸ ਜਿਹੜੇ ਨੇ ਅੰਮ੍ਰਿਤਸਰ ਦੇ ਉਹਨਾਂ ਨੂੰ ਜਿਹੜੇ ਸਵੀਪਰਸ ਨੇ ਉਹਨਾਂ ਨੇ ਡੈੱਡ ਬਾਡੀਜ਼ ਨੂੰ ਚੁੱਕਿਆ, ਕਿਵੇਂ ਸਿੱਖਾਂ ਦੀਆਂ ਬਾਹਾਂ ਉਹਨਾਂ ਦੀਆਂ ਪੱਗਾਂ ਨਾਲ ਬੰਨੀਆਂ ਸੀ, ਡਾਕਟਰਾਂ ਨਾਲ ਇਹਨੇ ਗੱਲ ਕੀਤੀ, ਕਿਵੇਂ ਸਿੱਧੀ ਸਿੱਧੀ ਗੋਲੀ ਜਿਹੜੀ ਹੈ ਪੁਆਇੰਟ ਬਲੈਂਕ ਰੇਂਜ 'ਤੇ ਮਾਰੀ ਗਈ, ਛੋਟੇ ਛੋਟੇ ਬੱਚੇ ਔਰਤਾਂ, ਔਰ ਇਹਨਾਂ ਦੇ ਵੀ ਕਹਿਣ ਮੁਤਾਬਕ ਕਿਵੇਂ ਉਹਦੇ 'ਤੇ ਫਿਰ ਝੂਠੇ ਕੇਸ ਵੀ ਪਾਏ ਗਏ, ਦੇਸ਼ ਧਰੋਹ ਦੇ ਟਾਡਾ ਵੀ ਪਾਇਆ ਗਿਆ। ਇਹ ਵੱਖਰੀ ਗੱਲ ਹੈ ਕਿ ਉਹ ਕੇਸ ਬਾਅਦ 'ਚ ਵਿਦਡਰਾਅ ਕਰ ਲਏ ਕਿਉਂਕਿ ਉਹਨੇ ਗੋਡੇ ਟੇਕ ਦਿੱਤੇ, ਔਰ ਹੁਣ ਜਿਹੜਾ ਬ੍ਰਹਮ ਚੈਲਾਨੀ ਹੈ ਜਿਹੜਾ ਇਹਨਾਂ ਦਾ ਇੱਕ ਥਿੰਕ ਟੈਂਕ ਦਿੱਲੀ 'ਚ ਬਣਾਇਆ ਹੋਇਆ ਸਾਊਥ ਏਸ਼ੀਅਨ ਕਨਫਲਿਕਟ ਦੇ ਨਾਂ ਥੱਲੇ, ਉਹਦੇ 'ਚ ਸਭ ਤੋਂ ਜ਼ਿਆਦਾ ਰਾਈਟ ਵਿੰਗਰ ਜਾਂ ਬੀਜੇਪੀ ਦੀ ਲਾਈਨ ਨੂੰ ਜੇ ਟੋਹ ਕਰ ਰਿਹਾ ਤਾਂ ਬ੍ਰਹਮ ਚੈਲਾਨੀ ਕਰ ਰਹੇ। ਔਰ ਮੈਨੂੰ ਯਾਦ ਹੈ ਇਹ 1994 ਜਾਂ 1995 ਦੀ ਗੱਲ ਹੋਏਗੀ, ਇਹ ਐਜ਼ ਏ ਸਪੀਕਰ ਵੀ ਆਇਆ ਰੈਂਡ, ਇੱਥੇ ਬੜਾ ਵੱਡਾ ਥਿੰਕ ਟੈਂਕ ਹੈ, ਉਹਨਾਂ ਦੀ ਐਲ ਏ ਦੇ ਵਿੱਚ ਇੱਕ ਇਨਡੋਰ ਸੀ, ਮੈਨੂੰ ਵੀ ਕੁਦਰਤੀ ਉਹਦਾ ਇਨਵੀਟੇਸ਼ਨ ਮਿਲਿਆ, ਮੈਂ ਕੈਲੀਫੋਰਨੀਆ ਬੇਸਡ ਹੋਣ ਕਰਕੇ ਉਹਨਾਂ ਦਾ 1994 ਦੀ ਗੱਲ ਹੋਏਗੀ, ਮੈਂ ਵੀ ਗਿਆ, ਔਰ ਕਿਉਂਕਿ ਮੈਂ ਇਹਦਾ ਨਾਂ ਦੇਖਿਆ ਕਿ ਵੀ ਇਹਨੇ ਵੀ ਆਉਣਾ, ਉਹਦੇ 'ਚ ਸ਼ੇਖਰ ਗੁਪਤਾ ਵੀ ਸੀ ਇੰਡੀਆ ਟੂਡੇ ਦਾ, ਉਹ ਇੰਡੀਅਨ ਗੌਰਮੈਂਟ ਨੇ ਹੀ ਵਾੜੇ ਹੋਏ ਸੀ ਵਿੱਚ, ਔਰ ਉਹਦੇ 'ਚ ਕੁਦਰਤੀ ਬ੍ਰੇਕ ਟਾਈਮ ਦੇ ਵਿੱਚ ਮੈਂ ਜਿਹੜਾ ਬਾਥਰੂਮ ਨੂੰ ਗਿਆ ਅਤੇ ਇਹ ਵੀ ਜਿਹੜਾ ਉੱਧਰ ਨੂੰ ਹੀ ਆਇਆ, ਔਰ ਮੈਂ ਪਹਿਲਾਂ ਤਾਂ ਉਹਨੂੰ ਥੈਂਕ ਯੂ ਕੀਤਾ, ਮੈਂ ਕਿਹਾ ਜੀ ਤੁਹਾਡੀ ਰਿਪੋਰਟਿੰਗ ਨੇ ਸਾਡਾ ਜੂਨ 84 ਦੁਨੀਆਂ ਨੂੰ ਦੱਸਿਆ ਕੀ ਹੋਇਆ। ਪਰ ਮੈਂ ਜਦੋਂ ਅੱਗੋਂ ਗੱਲ ਕਰਨੀ ਚਾਹੀ ਤਾਂ ਉਹ ਬੜਾ ਘਬਰਾਇਆ ਹੋਇਆ ਸੀ, ਉਹਨੇ ਕਿਹਾ ਜੀ ਆਈ ਕਾਂਟ ਟਾਕ, ਔਰ ਮੇਰੇ 'ਤੇ ਬਹੁਤ ਪਾਬੰਦੀਆਂ ਨੇ ਯੇ ਵੋ, ਔਰ ਮੈਨੂੰ ਜ਼ਾਹਰ ਹੈ ਕਿ ਵੀ ਇਹ ਉਹਨੇ ਹਿਸਟੋਰਿਕ ਕੰਮ ਤਾਂ ਕਰ ਦਿੱਤਾ, ਲੇਕਿਨ ਬਾਅਦ ਦੇ ਵਿੱਚ ਇਹ ਹੀ ਨਹੀਂ ਕਿ ਬਾਕੀਆਂ ਲਈ ਇਹ ਡੈਟਰੈਂਟ ਬਣਿਆ,
ਕਿ ਵੀ ਕਿਸੇ ਨੇ ਰਿਪੋਰਟਿੰਗ ਨਹੀਂ ਕੀਤੀ। ਬ੍ਰਹਮ ਚਲਾਨੀ ਵੀ ਉਹਨੇ ਆਪਣੀ ਜਾਨ ਹੀ ਤਾਂ ਬਚਾ ਸਕਿਆ, ਟਾਡਾ ਟੈਰਰਿਸਟ ਡਿਸਰਪਟਿਵ ਐਕਟ ਥੱਲੇ ਉਹਨੂੰ, ਹਾਲਾਂ ਐਸੋਸੀਏਟਡ ਪ੍ਰੈਸ ਨੇ ਉਹਨੂੰ ਉਸ ਸਾਲ ਦਾ ਬੈਸਟ ਜਰਨਲਿਸਟ ਅਵਾਰਡ ਦਿੱਤਾ, ਔਰ ਬ੍ਰਹਮ ਚਲਾਨੀ ਦੀ ਬਦੌਲਤ ਜੂਨ 84 ਦੀ ਹਕੀਕਤ ਬਾਹਰ ਆਈ। ਸੋ ਉਸ ਗੱਲ ਨੂੰ ਇਹ ਰੈਫਰ ਕਰ ਰਹੇ ਨੇ। ਆਪਰੇਸ਼ਨ ਵੁੱਡ ਰੋਜ਼ ਦੈਟ ਫੋਲੋਡ, ਦਿਸ ਇਜ਼ ਵੈਰੀ ਸਿਮਿਲਰ ਟੂ ਵਟਸ ਹੈਪਨਿੰਗ ਇਨ ਮਾਡਰਨ ਡੇ ਕਸ਼ਮੀਰ, ਵੇਅਰ ਦਾ ਆਕੂਪਾਇੰਗ ਅਥਾਰਟੀਜ਼ ਵਾਂਟ ਈਵਨ ਅਲਾਉ ਆਪੋਜੀਸ਼ਨ ਮੈਂਬਰਸ ਆਫ ਦਾ ਗਵਰਨਮੈਂਟ ਟੂ ਵਿਜ਼ਿਟ ਦਾ ਰੀਜਨ, ਲੈਟ ਅਲੋਨ ਇੰਟਰਨੈਸ਼ਨਲ ਜਰਨਲਿਸਟ। ਜਸਟ ਲਾਈਕ ਕਸ਼ਮੀਰੀਜ਼ ਆਰ ਨਾਓਡੇਜ਼ ਡਿਸਅਪੀਅਰਡ ਬਾਈ ਗਵਰਨਮੈਂਟ ਵਿਦਆਊਟ ਅ ਟ੍ਰੇਸ, so to have six been experiencing this terror for the past 3.5 decades. ਹੁਣ ਜਿਹੜਾ ਮੈਂ ਦੂਸਰੇ ਆਪਰੇਸ਼ਨ ਦੀ ਗੱਲ ਕੀਤੀ, ਇਹਨੇ ਤਾਂ ਰੈਫਰ ਨਹੀਂ ਕੀਤਾ, ਲੇਕਿਨ ਦੂਸਰਾ ਆਪਰੇਸ਼ਨ ਜਿਹੜਾ ਵੁੱਡ ਰੋਜ਼ ਸੀ ਉਹ July 10, 1984 ਨੂੰ ਇੱਕ ਫੌਜ ਦਾ ਸਰਕੂਲਰ, ਇੱਕ ਫੌਜ ਦੀ ਪਬਲੀਕੇਸ਼ਨ ਹੈ ਬਾਈ ਵੀਕਲੀ 15 ਰੋਜ਼ਾ, ਜਿਹਦਾ ਨਾਂ ਹੈ ਬਾਤਚੀਤ। ਉਹਦੇ 'ਚ ਇਹ ਹਦਾਇਤ ਸੀ, ਔਰ ਉਹਦੇ ਤੋਂ ਬਾਅਦ ਪੰਜਾਬ ਦੇ 12,000 ਪਿੰਡਾਂ 'ਚ ਪਲੱਸ ਪਿੰਡਾਂ 'ਚ ਇਹਨਾਂ ਦੇ ਜਿਹੜੀ ਫੌਜ ਔਰ ਇਹਨਾਂ ਦੇ ਦਸਤਿਆਂ ਨੇ ਨੌਜਵਾਨ ਮਾਰੇ। ਔਰ ਉਹਦੇ 'ਚ ਜਿਵੇਂ ਮੈਂ ਅੱਗੇ ਵੀ ਕੋਟ ਕੀਤਾ, ਪਰ ਕਿਉਂਕਿ ਇਹ ਵੁੱਡ ਰੋਜ਼ ਦੀ ਗੱਲ ਹੋ ਰਹੀ ਹੈ, ਸੋ ਜਿਨ੍ਹਾਂ ਨੇ ਪਹਿਲਾਂ ਨਹੀਂ ਸੁਣਿਆ ਉਹਨਾਂ ਲਈ ਇਹ ਰੈਲੇਵੈਂਟ ਹੈ। ਉਹਦੇ 'ਚ ਉਹਨਾਂ ਨੇ ਉੱਪਰ ਲਿਖਿਆ, ਇਹ ਫਿਊ ਪੀਪਲ ਆਰ ਬੈਪਟਾਈਜ਼ ਇਨ ਦਾ ਨੇਮ ਆਫ ਰਿਲੀਜਨ, ਦੇ ਵੀਅਰ ਆ ਮਿਨੀਏਚਰ ਕਿਰਪਾਨ ਰਾਊਂਡ ਦੇਅਰ ਨੈਕ ਐਂਡ ਆਰ ਕਾਲਡ ਅੰਮ੍ਰਿਤਧਾਰੀਜ਼, ਕਿ ਕੁਛ ਲੋਕਾਂ ਨੂੰ ਧਰਮ ਦੇ ਨਾਂ 'ਤੇ ਸਹੁੰ ਖਵਾਈ ਜਾਂਦੀ ਹੈ, ਬੈਪਟਾਈਜ਼ ਅੰਮ੍ਰਿਤ ਛਕਾਇਆ ਜਾਂਦਾ, ਉਹ ਇੱਕ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਅਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਇਹ ਹੁਣ ਯੂਪੀ ਬਿਹਾਰ ਦੇ ਫੌਜ ਨੇ ਜਾਣਾ ਪਿੰਡਾਂ ਦੇ ਲੋਕ ਇਕੱਠੇ ਕਰਨੇ ਨੇ ਤਾਂ ਉਹ ਕਿਹਨੂੰ ਟਾਰਗੇਟ ਕਰਨ, ਔਰ ਉਹਦੇ 'ਚ ਇਹ ਆਈਡੈਂਟੀਫਾਈ ਕਰ ਦਿੱਤਾ ਕਿ ਵੀ ਜਿਹਦੇ ਗਲ ਦੇ ਦੁਆਲੇ ਕਿਰਪਾਨ ਹੈ, ਔਰ ਦੂਸਰੀ ਜਿਹੜੀ ਵਰਬਲ ਸੀ ਪੀਲੀ ਪੱਗ ਹੋਏ ਨੀਲੀ ਪੱਗ ਹੋਏ ਜਿਹੜੇ ਸਿੰਘਾਂ ਦੇ ਰੰਗ ਨੇ, ਔਰ ਫਿਰ ਅਸੀਂ ਐਨ ਅਪੀਲ, ਦੀਜ਼ ਅੰਮ੍ਰਿਤਧਾਰੀਜ਼ ਦੇ ਆਰ ਵੈਰੀ ਡੇਂਜਰਸ ਪੀਪਲ, ਦੇ ਮੇ ਐਪੀਅਰ ਇਨੋਸੈਂਟ ਫਰੋਮ ਆਊਟਸਾਈਡ, ਬਟ ਬੇਸਿਕਲੀ ਦੇ ਆਰ ਕਮਿਟਿਡ ਟੂ ਅਰਸਨ, ਮਰਡਰ ਐਂਡ ਲੂਟ। ਐਨੀ ਇਨਫੋਰਮੇਸ਼ਨ ਅਬਾਊਟ ਦਾ ਵੇਅਰ ਅਬਾਊਟਸ ਆਫ ਅੰਮ੍ਰਿਤਧਾਰੀਜ਼ ਹੂ ਆਰ ਵੈਰੀ ਡੇਂਜਰਸ ਪੀਪਲ ਸ਼ੁੱਡ ਬੀ ਬਰੋਟ ਇਨ ਦਾ ਨੋਟਿਸ ਆਫ ਨੀਅਰ ਬਾਈ ਆਰਮੀ ਅਥਾਰਟੀਜ਼, ਇਟ ਵਿਲ ਬੀ ਏ ਗ੍ਰੇਟ ਸਰਵਿਸ ਟੂ ਦਾ ਇੰਡੀਅਨ ਨੇਸ਼ਨ। ਕਿ ਇਹ ਅੰਮ੍ਰਿਤਧਾਰੀ ਦੇਖਣ ਨੂੰ ਭਾਵੇਂ ਭੋਲੇ ਭਾਲੇ ਲੱਗਣ, ਪਰ ਇਹ ਬੜੇ ਖਤਰਨਾਕ ਨੇ, ਲੁਟੇਰੇ ਨੇ, ਕਾਤਲ ਨੇ। ਇਹਨਾਂ ਬਾਰੇ ਜਿਹੜੀ ਕੋਈ ਵੀ ਜਾਣਕਾਰੀ ਹੈ ਉਹ ਨੇੜੇ ਦੀ ਫੌਜੀ ਛਾਉਣੀ ਦੇ ਵਿੱਚ ਫੌਜੀ ਅਧਿਕਾਰੀਆਂ ਤੱਕ ਪਹੁੰਚਾਈ ਜਾਏ, ਇਹ ਭਾਰਤ ਦੀ ਬਹੁਤ ਵੱਡੀ ਸੇਵਾ ਹੋਏਗੀ। ਹੁਣ ਇਹ ਉਹ ਸਰਕੂਲਰ ਜਿਹੜਾ ਬਾਅਦ ਦੇ ਵਿੱਚ ਚੈਲੰਜ ਵੀ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ 'ਚ, ਗਵਰਨਮੈਂਟ ਨੇ ਕਿਹਾ ਜੀ ਅਸੀਂ ਵਾਪਸ ਲੈ ਲਏ, ਪਰ ਇਹਦੇ ਥੱਲੇ ਪੰਜਾਬ ਦੇ ਵਿੱਚ ਜਿਵੇਂ ਮਿਸਟਰ ਐਂਡਰਿਊ ਇਹ ਕਹਿ ਰਹੇ ਨੇ ਕਿ ਜੋ ਅੱਜ ਕਸ਼ਮੀਰ 'ਚ ਚੱਲ ਰਿਹਾ, ਹੁਣ ਜੋ ਉੱਥੇ ਚੱਲ ਰਿਹਾ, ਕਿਉਂਕਿ ਨਾ ਉੱਥੇ ਮੀਡੀਆ ਦੀ ਐਕਸੈਸ ਹੈ ਨਾ ਇੰਟਰਨੈਸ਼ਨਲ ਓਬਜ਼ਰਵਰ ਨੇ, ਇਹ ਕੰਮ ਚੱਲ ਰਿਹਾ। ਹੁਣ ਉਹਨਾਂ ਨੇ ਜਿਹੜਾ ਡਾਇਰੈਕਟ ਕਿਲਿੰਗਸ ਦੀ ਖਬਰ ਤਾਂ ਆ ਹੀ ਨਹੀਂ ਰਹੀ ਹੈ, ਲੇਕਿਨ ਇਹ ਪਿੱਕ ਕਰਕੇ ਚੁੱਕ ਕੇ ਗਾਇਬ ਕਰਕੇ ਤੁਸੀਂ ਮੁੜ ਕੇ ਮਿਸਿੰਗ ਕਹੀ ਜਾਓ, ਉਹ ਕਹਿੰਦੇ ਜੀ। ਔਰ ਜਦੋਂ ਉਦੋਂ 92 'ਚ ਪੁੱਛਿਆ ਜਾਂਦਾ ਸੀ ਕੇਪੀ ਗਿੱਲ ਨੂੰ ਜੀ ਘਰਾਂ 'ਚੋਂ ਮੁੰਡੇ ਚੁੱਕ ਕੇ ਮਾਰਤੇ ਨੇ, ਜੀ ਉਹ ਬਾਹਰ ਚਲੇ ਗਏ, ਬਾਹਰਲੇ ਮੁਲਕਾਂ 'ਚ ਚਲੇ ਗਏ, ਇੱਥੇ ਵੀ ਹੁਣ ਕਹਿਣਗੇ ਜੀ ਉਹ ਪਾਕਿਸਤਾਨ ਕ੍ਰੋਸ ਕਰ ਗਏ। ਸੋ ਉਹਨਾਂ ਨੇ ਆਲਰੇਡੀ ਜਿਹੜਾ ਇਸ ਦਾ ਬਹਾਨਾ ਬਣਾਇਆ ਹੋਇਆ। ਦਾ ਇੰਡੀਅਨ ਗਵਰਨਮੈਂਟ ਇਨ ਬੋਥ ਰੀਜਨਸ ਸਿਲੈਕਟਿਵਲੀ ਟਾਰਗੇਟਸ ਮਾਈਨੋਰਿਟੀਜ਼ ਇਨ ਆਰਡਰ ਟੂ ਇੰਸਟਿਲ ਫੀਅਰ ਵਿਦ ਇਨ ਦੋਜ ਕਮਿਊਨਿਟੀਜ਼ ਐਟ ਲਾਰਜ, ਵੈਂਟਲੀ ਕਿਲਿੰਗ ਦੋਜ ਹੂ ਆਰ ਸਪੋਜ਼ਡਲੀ ਸਸਪੈਕਟਿਡ ਆਫ ਹਾਰਬਰਿੰਗ ਸੈਪਰੇਟਿਸਟ ਸੈਂਟੀਮੈਂਟਸ, ਈਵਨ ਇਫ ਸਮ ਆਫ ਦਾ ਵਿਕਟਮਸ ਨੈਵਰ ਹੈਡ ਸੱਚ ਏ ਥਾਟ ਟੂ ਬਿਗਿਨ ਵਿਦ। ਉਹਨਾਂ ਨੇ ਕਿਹਾ ਜੀ ਦੋਨਾਂ ਖਿੱਤਿਆਂ 'ਚ ਇਹੀ ਚੱਲ ਰਿਹਾ ਕਿ ਜਿਨ੍ਹਾਂ ਬਾਰੇ ਸ਼ੱਕ ਵੀ ਹੈ ਕਿ ਜੀ ਇਹ ਹਮਦਰਦੀ ਰੱਖਦੇ ਨੇ, ਭਾਵੇਂ ਉਹ ਸੋਚਦੇ ਵੀ ਨਾ ਹੋਣ, ਉਹਨਾਂ ਨੂੰ ਟਾਰਗੇਟ ਕਰਨ। ਵਾਇਲ ਦਾ ਸਟੇਟ ਸਪੋਂਸਰਡ ਵਾਇਲੈਂਸ ਇਨ ਪੰਜਾਬ ਹੈਜ਼ ਡਾਈਡ ਡਾਊਨ ਸਿੰਸ ਇਟਸ ਕਲਾਈਮੈਕਸ ਇਨ 1990s,
which represented the unofficial continuation of Operation Woodrow's modus operandi throughout that period, the region is once again at risk of destabilization as the state prepares to crack down more forcefully against all Sikhs as part of its brutal plan to prevent them from participating in the Sikhs for Justice Peaceful Referendum 2020 campaign for an independent Khalistan. Interestingly, whereas in the past it was the rebellion in Punjab that eventually spread to Kashmir, although due to completely different triggers, but nevertheless sharing the same commonality of being responses to the Indian state oppression, now it might be the one in Kashmir that spreads to Punjab, again due to different triggers, but sharing the same commonality. Badi changi gal kiti hai. Kashmir de vich beshak azadi di mang ta 47 to baad hi si. ਲੇਕਿਨ ਆਰਮਡ ਸਟਰਗਲ ਕਸ਼ਮੀਰ ਦੇ ਵਿੱਚ ਸ਼ੁਰੂ ਹੋਈ 1988 'ਚ ਜਦੋਂ ਪੰਜਾਬ ਦੇ ਵਿੱਚ ਆਲਰੇਡੀ 4 ਸਾਲ 84 ਤੋਂ 88 ਤੱਕ ਪੂਰੇ ਜ਼ੋਰ ਦੇ ਨਾਲ ਮਿਲੀਟੈਂਸੀ ਸੀ ਔਰ ਇੱਕ ਸਟੇਜ 'ਤੇ ਫੌਜ ਨੂੰ ਅੱਗੇ ਲਾਇਆ ਹੋਇਆ ਸੀ। ਹੁਣ ਕਸ਼ਮੀਰ 'ਚ ਪੀਸਫੁਲ ਤੋਂ ਉਹਨਾਂ ਨੇ ਦੇਖਿਆ ਵੀ ਸਿੱਖ ਖਲੋਤਾ, ਪੰਜਾਬ 'ਚ ਚੈਲੇਂਜ ਹੈ, ਕਸ਼ਮੀਰੀਆਂ ਨੇ ਵੀ ਹਥਿਆਰ ਚੁੱਕੇ ਔਰ ਉਹਨਾਂ ਨੇ ਇੱਕ ਆਪਣਾ ਇਤਿਹਾਸ ਸਿਰਜਿਆ। 1995 ਤੱਕ ਪਹੁੰਚਦੇ ਆ ਪੰਜਾਬ 'ਚ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਆਪਰੇਸ਼ਨ ਕਰਕੇ ਜਵਾਨੀ ਮਾਰ ਕੇ ਡਰੱਗਸ ਲਿਆ ਕੇ ਸਭ ਚੁੱਪ ਕਰਾਤਾ। ਹੁਣ ਜਿਹੜਾ ਮਿਸਟਰ ਐਂਡਰਿਊ ਕਹਿ ਰਿਹਾ ਵੀ ਜੋ ਕਸ਼ਮੀਰ ਦੇ ਵਿੱਚ ਜਿਹੜੀ ਰੈਜ਼ਿਸਟੈਂਸ ਹੈ, ਉਹ ਜਿਹੜੀ ਤਾਕਤ ਹੈ ਕਸ਼ਮੀਰੀ ਰੈਜ਼ਿਸਟੈਂਸ ਦੀ, ਉਹ ਪੰਜਾਬ 'ਚ ਵਾਪਸ ਆ ਰਹੀ ਹੈ ਔਰ ਹੁਣ ਸੈਂਟਰਲ ਏਜੰਸੀਆਂ ਵੀ ਪੰਜਾਬ 'ਚ ਕਰੈਕਡਾਊਨ ਔਰ ਰੈਫਰੈਂਡਮ 2020 ਸਿੱਖਸ ਫਾਰ ਜਸਟਿਸ ਦਾ ਸਾਹਮਣੇ ਹੈ। ਸੋ ਇਹੀ ਹੁਣ ਤਿਆਰੀ ਕਰ ਰਹੇ ਨੇ ਫਰਦਰ ਕਰੈਕਡਾਊਨ ਦੀ ਪੰਜਾਬ, ਔਰ ਐਵੇਂ ਨਹੀਂ ਪੰਜਾਬ ਸਾਰਾ ਕਸ਼ਮੀਰੀਆਂ ਦੇ ਹੱਕ 'ਚ ਖਲੋਤਾ। ਤਾਂ ਤਾਂ ਪ੍ਰੋਟੈਸਟ ਹੋਏ, ਬੱਚੀਆਂ ਵੀ ਕਾਲਜ ਦੀਆਂ ਸਟੂਡੈਂਟਸ ਬਾਹਰ ਨਿਕਲੀਆਂ, ਕੱਲ੍ਹ ਅਸੀਂ BBC ਸਟੋਰੀ ਦਿਖਾਈ ਸੀ। ਫਿਰ ਉਹਨੇ ਇਹ ਕਿਹਾ ਕਿ ਵੀ ਇਹ ਬੈਟਰ ਅੰਡਰਸਟੈਂਡਿੰਗ ਆਫ ਦੀਸ ਸਿਸਟਰ ਸਟਰਗਲਸ ਕੈਨ ਹੈਲਪ ਇਨਫੋਰਮ ਅਬਜ਼ਰਵਰਸ ਅਬਾਊਟ ਵਟ ਟੂ ਐਕਸਪੈਕਟ ਨੈਕਸਟ, ਵਿਚ ਇਫ ਦਾ ਪੰਜਾਬ ਕੇਸ ਇਜ਼ ਰਿਲਾਈਡ ਅਪੋਨ ਐਸ ਦਾ ਪ੍ਰੈਸੀਡੈਂਟ, ਦੈਨ ਇਟ ਸੁਜੈਸਟ ਦੈਟ ਦਾ ਗਵਰਨਮੈਂਟ ਮਾਈਟ ਟਰਨ ਏ ਬਲਾਈਂਡ ਆਈ ਟੂ ਦਾ ਸਪਰੈਡ ਆਫ ਨਾਰਕੋਟਿਕਸ into Kashmir in order to accelerate the slow motion genocide there. ਇਹ ਹੈ ਜਦੋਂ ਉਹਨੇ ਕਿਹਾ ਵੀ ਹੁਣ ਕਸ਼ਮੀਰ 'ਚ ਕੀ ਹੋਏਗਾ, ਪੰਜਾਬ 'ਚ ਕਿਲਿੰਗਸ ਕਰਕੇ ਉਹਨਾਂ ਨੇ ਜਿਵੇਂ ਡਰੱਗਸ ਲਿਆਂਦੀਆਂ, ਨਾਰਕੋਟਿਕਸ, ਉਹਨਾਂ ਨੇ ਕਿਹਾ ਵੀ ਉਹਦੇ ਥੱਲੇ ਆਪੇ ਹੀ ਖਾ ਕੇ ਮਰੀ ਜਾਣਗੇ, ਸਲੋਅ ਜੈਨੋਸਾਈਡ ਜਿਹੜਾ ਪੰਜਾਬ 'ਚ ਲਗਾਤਾਰ ਜਾਰੀ ਹੈ। ਔਰ ਅਖੀਰ 'ਚ ਉਹਨਾਂ ਨੇ ਇਹ ਕਿਹਾ ਮਿਸਟਰ ਐਂਡਰਿਊ ਨੇ, ਇਨ ਐਡੀਸ਼ਨ ਇਟ ਕੈਨ ਬੀ ਐਕਸਪੈਕਟਡ ਦੈਟ ਦਾ ਔਨ ਗੋਇੰਗ ਕਲਚਰਲ ਜੈਨੋਸਾਈਡ ਇਨ ਕਸ਼ਮੀਰ ਵਿਲ ਸਪੀਡ ਅਪ ਜਸਟ ਲਾਈਕ ਡਿਡ ਇਨ ਪੰਜਾਬ ਅਗੇਂਸਟ ਦਾ ਸਿੱਖ ਕਲਚਰਲ। ਜੋ ਸਾਰਾ ਮੈਂ ਹੁਣ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਸ ਕਿੱਤੇ 'ਚ ਵੀ ਲੋਕ ਨੇ, ਪਰ ਆ ਜਿਹੜਾ ਵਰਾਇਟੀ ਸ਼ੋਅ ਦੇ ਨਾਂ ਥੱਲੇ, ਕਲਚਰਲ ਸ਼ੋਅ ਦੇ ਨਾਂ ਥੱਲੇ ਔਰ ਰੰਗਾ ਰੰਗ ਪ੍ਰੋਗਰਾਮਾਂ ਦੇ ਨਾਂ ਥੱਲੇ, ਐਂਟਰਟੇਨਮੈਂਟ ਦੇ ਨਾਂ ਥੱਲੇ ਜੋ ਪੰਜਾਬ ਦੇ ਵਿੱਚ ਪਰੋਸਿਆ ਉਸ ਪੀਰੀਅਡ 'ਚ ਔਰ ਅੱਜ ਵੀ ਜਿਹਨੂੰ ਦੇਖਣ ਦੇ ਲਈ ਇੱਥੇ ਭੀੜਾਂ ਲੱਗੀਆਂ ਹੁੰਦੀਆਂ ਨੇ, ਕਿਸ ਕਿਸਮ ਦੇ ਲੋਕ ਜਿਹੜੇ ਨੇ, ਇਹ ਪੰਜਾਬ ਦੇ ਹੀਰੋ ਨੇ ਜਾਂ ਪੰਜਾਬ ਦਾ ਕਲਚਰ, ਇਹ ਕਲਚਰ ਹੈ ਜੋ ਕੀਤਾ। ਸੋ ਕਸ਼ਮੀਰ ਦੇ ਵਿੱਚ ਵੀ, ਕਿਉਂਕਿ ਕਸ਼ਮੀਰ 'ਚ ਇਸਲਾਮ ਦਾ ਇੱਕ ਜਿਹੜੀ ਤਹਿਜ਼ੀਬ ਹੈ ਉਹਦੇ 'ਚ ਇੱਕ ਪਰਦਾ ਹੈ, ਉਸ ਦੇ ਵਿੱਚ ਸ਼ਰਮ ਹੈ ਔਰ ਇਹ ਜਿਹੜੀ ਔਰ ਇਹੀ ਗੱਲ ਸਿੱਖ ਤਹਿਜ਼ੀਬ ਦੀ ਹੈ, ਇੱਕ ਸ਼ਰਮ ਹੈ, ਇੱਕ ਹਿਆ ਹੈ, ਅਤੇ ਜੋ ਪੰਜਾਬ ਦੇ ਨਾਂ 'ਤੇ ਪ੍ਰਮੋਟ ਕੀਤਾ ਗਿਆ ਉਹ ਤਾਂ ਬੇਹਿਆ ਹੀ ਹੈ। ਔਰ ਇਹੀ ਮਿਸਟਰ ਐਂਡਰਿਊ ਕਹਿੰਦੇ ਨੇ ਕਿ ਨੈਕਸਟ ਕਲਚਰਲ ਲਿਬਰੇਸ਼ਨ ਦੇ ਨਾਂ ਥੱਲੇ ਇੱਕ ਪਾਸੇ ਕਹਿਣਗੇ ਜੀ ਇਹ ਕੱਟੜਪਨ ਵਹਾਬੀ ਅਤੇ ਫਲਾਣਾ, ਆਹ ਦੇਖੋ ਜੀ ਆਹ ਅਸਲੀ ਨੇ ਲਿਬਰਲ ਲੋਕ, ਜਿਹੜਾ ਜਿਸ ਕਿਸਮ ਦਾ ਕਦੇ ਅਫਗਾਨਿਸਤਾਨ 'ਚ ਵੀ ਜਦੋਂ ਜ਼ਾਹਿਰ ਸ਼ਾਹ ਔਰ ਦੂਜਿਆਂ ਦੇ ਰਜੀਮ ਵੇਲੇ ਜਦੋਂ ਸੋਵੀਅਤ ਯੂਨੀਅਨ ਦੇ ਇਨਫਲੂਐਂਸ ਥੱਲੇ ਸੀ, ਕਿਹਨੂੰ ਕਲਚਰ ਕਹਿੰਦੇ ਸੀ, ਵਿਦ ਨੋ ਇੰਡੀਪੈਂਡੈਂਟ ਜਰਨਲਿਸਟ ਅਲਾਊਡ ਇਨ ਦਾ ਰੇਨ
to document what is really happening there. The risk is extremely high that many Kashmiris will be killed and their culture put under unprecedented pressure, just like what is being happening for years already with the Sikhs. Kashmir ch mare jaange, koi reporting nahi hoegi, aur jo Punjab de vich inna ne tehzeeb nu de na thalle jo bad tehzeebi leyandi oh Kashmir ch vi hoege. Going a step further with this comparison, any high profile retaliations by the Kashmiris, whether objectively occurring or false flags, could trigger nationwide programs against these diaspora in India, against their diaspora in India, and even against Muslims more broadly, just like the assassination of Indira Gandhi by two of her Sikh bodyguards led to similar horrific violence being committed against the committee at the time. ਹੁਣ ਉਹਨਾਂ ਨੇ ਕਿਹਾ ਜੀ ਜੇ ਕਸ਼ਮੀਰੀ ਹਥਿਆਰ ਚੁੱਕ ਕੇ ਰਜਿਸਟ ਕਰਦੇ ਨੇ ਜਿਹੜੇ ਕਰਨਗੇ ਤੇ ਫਿਰ ਭਾਰਤ ਭਰ 'ਚ ਕਸ਼ਮੀਰੀਆਂ ਦੇ ਖਿਲਾਫ ਵਾਇਲੈਂਸ ਹੋਏਗੀ ਇਕੱਲੇ ਕਸ਼ਮੀਰੀਆਂ ਨੇ ਮੁਸਲਮਾਨਾਂ ਦੇ ਖਿਲਾਫ ਵੀ ਜਿਵੇਂ ਨਵੰਬਰ 84 'ਚ ਇੰਦਰਾ ਗਾਂਧੀ ਮਾਰੇ ਜਾਣ ਤੋਂ ਬਾਅਦ ਭਾਰਤ ਭਰ ਦੇ ਵਿੱਚ ਹਜ਼ਾਰਾਂ ਮੁਸਲਮਾਨ ਮਾਰੇ ਗਏ ਇੱਕ ਫੀਅਰ ਫੈਕਟਰ ਦੇਣਗੇ ਕਿ ਜਿਹਨੀ ਦਾ ਅਸੀਂ ਤੁਹਾਡੇ ਬਾਕੀ ਵੀ ਮਾਰ ਦੇਣੇ ਨੇ ਔਰ ਅਖੀਰਲੀ ਲਾਈਨ ਹੈ ਵਟ ਐਵਰ ਐਂਡਸ ਅਪ ਹੈਪਨਿੰਗ ਇਟ ਸ਼ੁੱਡ ਨਾਟ ਬੀ ਫੋਰਗੋਟਨ that India's atrocities in Punjab from 1984 onwards set the precedent for its current actions in Kashmir, proving that India has always carried out crimes against its non-Hindu minorities regardless of whether Congress or the BJP were in power. ke je aj jo ho rahe hai ye BJP de thalle ho rahe hai Sikhan de khilaf jo hoya Congress de thalle hoya unhone keha je bhi eh nahi bhulna chahida hai ਕਿ ਨੋਨ ਹਿੰਦੂ ਮਾਈਨੋਰਟੀ ਉਹ ਸਿੱਖ ਹੋਣ ਮੁਸਲਮਾਨ ਹੋਣ ਤੇ ਹਕੂਮਤ ਕਾਂਗਰਸ ਦੀ ਹੋਏ ਜਾਂ ਬੀਜੇਪੀ ਦੀ ਹੋਏ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਜੈਨੋਸਾਈਡ ਕੈਰੀ ਕੀਤੇ ਨੇ ਔਰ ਅੱਗੋਂ ਵੀ ਇਹ ਕਰਨ ਜਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਸ਼ਮੀਰ ਮੁੱਦੇ ਤੇ ਜੋ ਮਿਸਟਰ ਐਂਟਰੀ ਜੀ ਦਾ ਜੋ ਆਰਟੀਕਲ ਸੀ ਸੋ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣੇ ਬ੍ਰੇਕ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰ ਦਈਏ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ TV84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤੀਆਂ ਨੋਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-3737 ਲੌਂਗ ਆਇਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ